भारतीय हुकूमती तंत्र नूं इह गल चुभदी आ वी चाहे सारा भारत आ के दिल्ली च आपदे दुख दस सकदा पर आ जिहड़े पग्गां दाड़े वाले आ पंजाब वाले ने इह नहीं खंघण देणे। ਗੱਲਾਂ ਬਾਤਾਂ ਝਲਝਾਈ ਰੱਖੋ, ਜਦ ਨੂੰ ਚੋਣ ਜਾਬਤਾ ਲੱਗ ਜੂ ਤੇ ਫਿਰ ਸਾਰੇ ਭਾਰਤ ਵਿੱਚ ਭੰਡਾਂਗੇ ਵੀ ਇਹ ਜਿਹੜੇ ਪੰਜਾਬ ਦੇ ਲੋਕ ਨੇ ਇਹ ਕੋਈ ਨਾ ਕੋਈ ਕੁਆੜਾ ਖੜਾ ਕਰੀ ਰੱਖਦੇ ਆ, ਇਹ ਲੋਟ ਨਹੀਂ ਆਉਂਦੇ, ਇਹ ਖਾਲਿਸਤਾਨ ਚਾਹੁੰਦੇ ਆ, ਇਹ ਭਾਰਤ ਦੀ ਤਰੱਕੀ ਦੇ ਰਾਹ 'ਚੋਂ ਵਿਕਾਸ ਦੇ ਰਾਹ 'ਚੋਂ ਰੋੜਾ ਬਣ ਰਹੇ ਨੇ। ਜੇਕਰ ਸਾਰੇ ਭਾਰਤ ਨੂੰ ਬਚਾਉਣਾ ਨਹੀਂ ਤਾਂ ਇਹ ਮੁਲਕ ਦੇ ਟੁਕੜੇ ਕਰ ਦੇਣਗੇ, ਇਹ ਤਾਂ ਪਾਕਿਸਤਾਨ ਦੇ ਪਿੱਠੂ ਰਹੇ ਪੰਜਾਬ ਵਾਲੇ, ਤੇ ਜੇ ਬਚਾਉਣਾ ਨਾ ਫਿਰ ਮੋਦੀ ਨੂੰ ਵੋਟ ਪਾਓ। ਜਿਹੜਾ ਕਤਲ ਹੋਇਆ ਨਾ ਉਹ ਪੰਜਾਬ ਦੀ ਧਰਤੀ ਉੱਤੇ ਹਰਿਆਣੇ ਤੋਂ ਆ ਕੇ ਖਾਕੀ ਵਰਦੀ ਵਾਲੇ ਬੰਦੇ ਮਾਰ ਕੇ ਗਏ ਆ ਸਾਡੇ। ਜਦੋਂ ਵੀ ਕੋਈ ਪੰਥ ਲਈ ਪੰਜਾਬ ਲਈ ਨੌਜਵਾਨ ਸਰਗਰਮੀ ਕਰਦਾ ਉਦੋਂ ਇਹ ਪਿੱਟਣ ਬਹਿ ਜਾਂਦੇ ਆ ਜਿਹੜੇ ਜਾਣੇ। ਅੱਜ ਸਾਰੇ ਕਹਿ ਰਹੇ ਨੇ ਕਿ ਵਾਕਈ ਆ ਕੋਈ ਸ਼ਰਮ ਹੈ ਨਹੀਂ ਇਸ ਮੁਲਕ ਨੂੰ। 6 ਮੁੰਡਿਆਂ ਨੂੰ ਤਾਂ ਚੱਕ ਕੇ ਲੈ ਗਏ ਪਰਲੇ ਪਾਸੇ, ਬੋਰੀ ਚ ਪਾ ਕੇ ਇੱਕ ਨੌਜਵਾਨ ਨੂੰ ਬਹੁਤ ਕੁੱਟਿਆ, ਇਵੇਂ ਹੀ ਇਸ ਨੌਜਵਾਨ ਦੇ ਗੋਲੀ ਮਾਰੀ, ਹੋਰ ਮੁੰਡਿਆਂ ਦੇ ਵੀ ਗੋਲੀਆਂ ਮਾਰੀਆਂ। ਔਰ ਇਹ ਸ਼ਰੇ ਆਮ ਪੰਜਾਬ ਦੀ ਧਰਤੀ ਤੇ ਆ ਕੇ ਹਰਿਆਣੇ ਦੀ ਪੁਲਿਸ ਜਿਹੜੀ ਆ ਜਦੋਂ ਇਹ ਸਾਰਾ ਕੁਛ ਕਰਾ ਰਹੀ ਹੈ, ਉਸ ਮੌਕੇ ਪੰਜਾਬ ਦੀ ਸਰਕਾਰ ਜਿਹੜੀ ਆ ਦਾਣ ਵੱਟੀ ਬੈਠੀ। ਪੰਜਾਬ ਜਾਂ ਪੰਜਾਬ ਦੇ ਲੋਕ ਤਾਂ ਇਹਨੂੰ ਲੈ ਰਹੇ ਨੇ ਇੱਕ ਸ਼ਾਂਤਮਈ ਸੰਘਰਸ਼ ਵਜੋਂ। ਦਿੱਲੀ ਵਾਲਿਆਂ ਲਈ ਕੀ ਆ ਇਹ, ਭਗਵੇਂ ਬ੍ਰਿਗੇਡ ਲਈ, ਨਾਗਪੁਰ ਵਾਲਿਆਂ ਲਈ ਹੈਗਾ ਇਹ ਜੰਗ। ਉਹਨਾਂ ਦੇ ਦਿਲ ਦਿਮਾਗ ਵਿੱਚ ਇਹ ਆ ਕਿ ਇਹ ਪੰਜਾਬ ਜਿਹੜਾ ਆਏ ਦਿਨ ਸਾਨੂੰ ਵੰਗਾਰਦਾ, ਸਾਰਾ ਭਾਰਤ ਸਾਡੇ ਮੂਹਰੇ ਗੋਡੇ ਟੇਕੀ ਬੈਠਾ, ਇਹਨਾਂ ਦੀ ਕੀ ਜ਼ਰੂਰਤ ਆ। ਤੇ ਪੰਜਾਬ ਦੀ ਸਰਕਾਰ ਨੂੰ ਅਗਲਿਆਂ ਨੇ ਲੈ ਲਿਆ ਚਾਟ ਤੇ ਉਹ ਕਹਿੰਦੇ ਆ ਵੀ ਕਿਤੇ ਸਾਨੂੰ ED ਨਾ ਘੇਰ ਲਵੇ, ਕੇਜਰੀਵਾਲ ਦੇ ਗਲ 'ਚ ਰੱਸਾ ਨਾ ਪਾ ਲਵੇ BJP। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਿਬਰੂਗੜ੍ਹ ਜੇਲ੍ਹ ਦੇ ਵਿੱਚ ਜਿੱਥੇ ਭਾਈ ਅੰਮ੍ਰਿਤਪਾਲ ਸਿੰਘ ਤੇ ਹੋਰ ਸਿੰਘਾਂ ਨੇ ਭੁੱਖ ਹੜਤਾਲ ਸ਼ੁਰੂ ਕੀਤੀ ਹੋਈ ਹੈ, ਉੱਥੇ ਪੰਜਾਬ ਦੇ ਵਿੱਚ ਵੀ ਸਿੱਖ ਜਥੇਬੰਦੀਆਂ ਨੇ, ਖਾਸ ਤੌਰ ਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੇ ਤੇ ਹੋਰਾਂ ਨੇ ਜਿਸ ਤਰੀਕੇ ਨਾਲ ਹਕੂਮਤ ਦੇ ਇਸ ਜ਼ੁਲਮ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਹੈ, ਉਹ ਭਾਰਤੀ ਹਕੂਮਤੀ ਤੰਤਰ ਨੂੰ ਲੱਗਦਾ ਵੀ ਅਜੇ ਉਹਨਾਂ ਦੀ ਤਸੱਲੀ ਨਹੀਂ ਹੋਈ ਤੇ ਹੋਰ ਜ਼ਿਆਦਾ ਜ਼ੁਲਮ ਜਿਹੜਾ ਹੈਗਾ ਉਹ ਕਰਨ ਦੇ ਰਾਹ ਪਈ ਹੋਈ। ਅੱਜ ਜੋ ਘਟਨਾਕ੍ਰਮ ਵਾਪਰਿਆ ਉਹ ਸਰਕਾਰੀ ਅੱਤਵਾਦ ਦਾ ਸ਼ਿਖਰ ਜਿਹੜਾ ਹੈਗਾ ਉਹ ਕਿਹਾ ਜਾ ਸਕਦਾ। ਜਿਹੜੇ ਲੋਕ ਬਹੁਤਾ ਕਰਕੇ ਭਾਰਤੀ ਹਕੂਮਤ ਦੀ ਬੋਲੀ ਬੋਲਦੇ ਰਹਿੰਦੇ ਆ, ਜੋ ਕੁਝ ਅੱਜ ਵਾਪਰਿਆ ਉਹਨੂੰ ਦੇਖ ਕੇ ਕਹਿੰਦੇ ਕਹਾਉਂਦੇ ਵੀ ਅਸੀਂ ਇਹ ਲਿਖਦੇ ਸੋਸ਼ਲ ਮੀਡੀਆ ਤੇ ਬੋਲਦੇ ਦੇਖੇ ਆ ਕਿ ਸ਼ਰਮ ਸੀ ਆਤੀ ਹੈ ਇਸ ਵਤਨ ਕੋ ਵਤਨ ਕਹਿਤੇ ਹੋ। ਅੱਜ ਸਾਰਿਆਂ ਨੂੰ ਪਤਾ ਸੀਗਾ ਬਈ ਕਿਸਾਨ ਸੰਘਰਸ਼ ਦੇ ਵੱਲੋਂ ਦਿੱਲੀ ਵੱਲ ਜਾਣ ਦਾ ਪ੍ਰੋਗਰਾਮ ਆ, ਤੇ ਇਹ ਵੀ ਪਤਾ ਵੀ ਪਿਛਲੇ ਕੁਛ ਦਿਨਾਂ ਤੋਂ ਸ਼ੰਭੂ ਤੇ ਖਨੌਰੀ ਵਾਲੀ ਸਰਹੱਦ ਉੱਤੇ ਬਹੁਤ ਵੱਡੀ ਗਿਣਤੀ ਵਿੱਚ ਪੰਜਾਬ ਦੇ ਲੋਕ ਇਕੱਠੇ ਹੋਏ ਹੋਏ ਨੇ ਤੇ ਦਿੱਲੀ ਜਾ ਕੇ ਆਪਦੇ ਹੱਕ ਦੀ ਗੱਲ ਕਰਨ ਲਈ ਤੇ ਖਾਸ ਤੌਰ ਦੇ ਉੱਤੇ ਕਿਸਾਨੀ ਨਾਲ ਸੰਬੰਧਿਤ ਮਸਲਿਆਂ ਬਾਰੇ ਆਵਾਜ਼ ਬੁਲੰਦ ਕਰਨ ਲਈ ਉੱਥੇ ਜਾਣਾ ਚਾਹੁੰਦੇ ਆ। ਤੇ ਭਾਰਤੀ ਹਕੂਮਤੀ ਤੰਤਰ ਨੂੰ ਇਹ ਗੱਲ ਚੁਭਦੀ ਆ ਵੀ ਚਾਹੇ ਸਾਰਾ ਭਾਰਤ ਆ ਕੇ ਦਿੱਲੀ 'ਚ ਆਪਦੇ ਦੁੱਖ ਦੱਸ ਸਕਦਾ, ਪਰ ਆ ਜਿਹੜੇ ਪੱਗਾਂ ਦਾੜੇ ਵਾਲੇ ਆ ਪੰਜਾਬ ਵਾਲੇ ਨੇ ਇਹ ਨਹੀਂ ਖੰਘਣ ਦੇਣੇ। ਇਹ ਤਾਂ ਪਿਛਲੀ ਵਾਰ ਗੜਬੜ ਹੋ ਗਈ ਵੀ ਇਹ ਦਿੱਲੀ ਕਿਸਾਨ ਸੰਘਰਸ਼ ਮੌਕੇ ਆ ਗਏ, ਐਤਕੀ ਨਹੀਂ ਬਣ ਦੇਣੇ, ਇਹ ਮਿਥਿਆ ਹੋਇਆ। ਸੋ ਉਹਦੇ ਲਈ ਕਈ ਢੰਗ ਤਰੀਕੇ ਵਰਤੇ ਜਾ ਰਹੇ ਨੇ। ਇੱਕ ਤਾਂ ਇਹ ਆ ਵੀ ਗੱਲਾਂ ਬਾਤਾਂ 'ਚ ਅਲਝਾਈ ਰੱਖੋ, ਜਦ ਨੂੰ ਚੋਣ ਜਾਬਤਾ ਲੱਗ ਜੂ ਤੇ ਫਿਰ ਸਾਰੇ ਭਾਰਤ ਵਿੱਚ ਭੰਡਾਂਗੇ ਵੀ ਇਹ ਜਿਹੜੇ ਪੰਜਾਬ ਦੇ ਲੋਕ ਨੇ ਇਹ ਕੋਈ ਨਾ ਕੋਈ ਕੁਆੜਾ ਖੜਾ ਕਰੀ ਰੱਖਦੇ ਆ, ਇਹ ਲੋਟ ਨਹੀਂ ਆਉਂਦੇ, ਇਹ ਖਾਲਿਸਤਾਨ ਚਾਹੁੰਦੇ ਆ, ਇਹਨਾਂ ਤੋਂ ਜੇਕਰ ਭਾਰਤ ਨੂੰ ਬਚਾਉਣਾ ਹੈ, ਇਹ ਭਾਰਤ ਦੀ ਤਰੱਕੀ ਦੇ ਰਾਹ 'ਚੋਂ ਵਿਕਾਸ ਦੇ ਰਾਹ 'ਚੋਂ ਰੋੜਾ ਬਣ ਰਹੇ ਨੇ। ਜੇਕਰ ਸਾਰੇ ਭਾਰਤ ਨੂੰ ਬਚਾਉਣਾ ਨਹੀਂ ਤਾਂ ਇਹ ਮੁਲਕ ਦੇ ਟੁਕੜੇ ਕਰ ਦੇਣਗੇ, ਇਹ ਤਾਂ ਪਾਕਿਸਤਾਨ ਦੇ ਪਿੱਠੂ ਰਹੇ ਪੰਜਾਬ ਵਾਲੇ, ਤੇ ਜੇ ਬਚਾਉਣਾ ਨਾ
फिर मोदी नूं वोट पाओ। मोदी ਉਹ ਧੱਕੜ ਬੰਦਾ ਹੈ ਜਿਹਨੇ ਇਸ ਮੁਲਕ ਦੇ ਵਿੱਚ ਕਸ਼ਮੀਰ ਜਿਹੜਾ ਉੱਥੇ ਕਾਬੂ ਕਰ ਲਿਆ ਤੇ ਪੰਜਾਬ ਦੇ ਜਿਹੜੇ ਵਿਦੇਸ਼ਾਂ 'ਚ ਬੈਠੇ ਸੀ ਜੁਝਾਰੂ ਖਾੜਕੂ ਉਹਨਾਂ ਨੂੰ ਟਾਰਗੇਟ ਕਿਲਿੰਗ ਕੀਤੀ ਆ। ਇਹ ਨਹੀਂ ਬੀਜੇਪੀ ਡਰਦੀ, ਇਹ ਕੈਂਪ ਪਾਰਟੀ ਆ, ਇਹ ਪ੍ਰਚਾਰ, ਇਹ ਪ੍ਰਾਪੇਗੰਡਾ ਕਰਨ ਕਰਾਉਣ ਦੇ ਲਈ ਇੱਕ ਤਾਂ ਇਹ ਚੱਕਰ ਚਲਾਇਆ ਹੋਇਆ ਵੀ ਗੱਲਾਂ ਬਾਤਾਂ 'ਚ ਅਲਝਾਈ ਰੱਖੋ, ਦਵੋ ਦਵੋ ਕੁਛ ਨਾ, ਤੇ ਮੁੜ ਕੇ ਭੰਡੀ ਪ੍ਰਚਾਰ ਕਰਕੇ ਮਾਹੌਲ ਜਿਹੜਾ ਨੈਰੇਟਿਵ ਆ ਉਹ ਸਿਰਜਿਆ ਜਾਵੇ ਪੰਜਾਬ ਦੇ ਖਿਲਾਫ, ਜਿਵੇਂ ਕਿਸੇ ਵੇਲੇ ਇੰਦਰਾ ਗਾਂਧੀ ਕਰਦੀ ਹੁੰਦੀ ਸੀ, ਉਹੀ ਸਾਰਾ ਕੁਛ ਹੁਣ ਭਗਵੇਂ ਬ੍ਰਿਗੇਡ ਵਾਲੇ ਕਰ ਰਹੇ ਨੇ। ਤੇ ਸਭ ਤੋਂ ਜਿਹੜੀ ਜਿਵੇਂ ਕਹਿੰਦੇ ਹੁੰਦੇ ਆ ਨਾ ਵੀ ਕਵੱਲੀ ਤੇ ਕਸੂਤੀ ਥਾਂ ਤੇ ਫਸੇ ਹੋਏ ਆ, ਉਹ ਹੈਗੇ ਆ ਬਾਦਲ ਦਲ ਵਾਲੇ। ਬਾਦਲ ਦਲ ਵਾਲੇ ਜਿਹੜੇ ਨੇ ਉਹ ਪਹਿਲਾਂ ਕਹਿੰਦੇ ਰਹੇ ਵੀ ਕਾਂਗਰਸ ਤਾਂ ਬਹੁਤ ਭੈੜੀ ਪਾਰਟੀ ਆ, ਬੀਜੇਪੀ ਆਪਣੀ ਜਿਹੜੀ ਆ ਉਹ ਬਹੁਤ ਵਧੀਆ ਪਾਰਟੀ, ਬੀਜੇਪੀ ਨਾਲ ਭਾਜਪਾ ਨਾਲ ਭਗਵੇਂ ਬ੍ਰਿਗੇਡ ਨਾਲ ਮੇਲ ਮਿਲਾਪ ਦੇ ਲਈ ਜੋ ਇਹਨਾਂ ਤੋਂ ਜਿਸ ਤਰੀਕੇ ਦੀਆਂ ਗੱਲਾਂ ਸੁਣਨੀਆਂ ਪਈਆਂ ਵੀ ਇਹ ਤਾਂ ਜੀ ਨੌ ਮਾਸ ਦਾ ਰਿਸ਼ਤਾ, ਇਹ ਤਾਂ ਜੀ ਹਿੰਦੂ ਸਿੱਖ ਏਕਤਾ, ਇਹ ਤਾਂ ਜੀ ਪੰਜਾਬ ਦੀ ਤਰੱਕੀ ਹੋਈ ਤਾਂ ਹੋਣੀ ਆ, ਇਹਨਾਂ ਨੇ ਪਿਛਲੇ 25-30 ਸਾਲ ਤੋਂ ਉਹ ਝੂਠ ਤੂਫਾਨ ਬੋਲਿਆ ਵੀ ਅੱਜ ਵੀ ਹਟਦੇ ਨਹੀਂ। ਬੇਸ਼ੱਕ ਜਦੋਂ ਇਹਨਾਂ ਨੂੰ ਅਕਲ ਆਈ ਪਿੱਛੇ ਜੇ ਵੀ ਸਾਡਾ ਵੋਟ ਬੈਂਕ ਦੋ ਤਰ੍ਹਾਂ ਦਾ ਸੀ, ਇੱਕ ਪੰਥਕ ਲੋਕ ਸੀ ਜਿਨ੍ਹਾਂ ਨੂੰ ਅਸੀਂ ਡੇਰਿਆਂ ਦੇ ਮਗਰ ਲੱਗ ਕੇ ਖਾਸ ਤੌਰ ਤੇ ਬਿਆਸ ਵਾਲੇ ਪਨਿਹਾਰੇ ਵਾਲੇ ਨਰਕ ਧਾਰੀਏ ਤੇ ਹੋਰ ਇਹੋ ਜਿਹੇ ਜਿਹੜੇ ਡੇਰੇ ਸੀ ਉਹਨਾਂ ਮਗਰ ਲੱਗ ਕੇ ਗਵਾਉਂਦੇ ਗਵਾਉਂਦੇ ਜਦੋਂ ਸਰਸੇ ਵਾਲੇ ਦਾ ਸਾਥ ਦੇ ਬੈਠੇ, ਉਹ ਵੋਟ ਬੈਂਕ ਸਾਰਾ ਜਿਹੜਾ ਸਿੱਖ ਕੌਮ ਦੀ ਚੜ੍ਹਦੀ ਕਲਾ ਲੋਚਦਾ ਉਹ ਸਾਰਾ ਅਸੀਂ ਗਵਾ ਬੈਠੇ। ਦੂਜੀ ਇਹਨਾਂ ਨੂੰ ਅਕਲ ਆਈ ਵੀ ਅਸੀਂ ਕਿਸਾਨ ਸੰਘਰਸ਼ ਮੌਕੇ ਪੁੱਠੇ ਰਾਹ ਤੁਰ ਕੇ ਕਾਲੇ ਕਾਨੂੰਨਾਂ ਦੀ ਹਮਾਇਤ ਕਰਦੇ ਕਰਦੇ ਆਪਦੀ ਸਾਰੀ ਕਿਸਾਨੀ ਵਾਲੀ ਵੋਟ ਬੈਂਕ ਗਵਾ ਬੈਠੀ। ਸੋ ਜਦੋਂ ਇਹਨਾਂ ਨੂੰ ਅਕਲ ਆਈ ਤਾਂ ਇਹਨਾਂ ਨੇ ਪਾਰਲੀਮੈਂਟ ਦੇ ਵਿੱਚ ਸੁਖਬੀਰ ਬਾਦਲ ਨੇ ਉੱਥੇ ਖੜ ਕੇ ਬੀਜੇਪੀ ਦਾ ਸਾਥ ਸਹਿਯੋਗ ਛੱਡਣ ਦਾ, ਗੱਠਜੋੜ ਤੋੜਨ ਦਾ ਐਲਾਨ ਕੀਤਾ। ਪਰ ਨਾਲ ਦੀ ਨਾਲ ਇਹਨਾਂ ਨੂੰ ਪਤਾ ਸੀ ਵੀ ਸਾਡਾ ਹੋਰ ਕਿਤੇ ਕੋਈ ਟਿਕਾਣਾ ਹੀ ਨਹੀਂ, ਕਿਉਂਕਿ ਜਿਹੜੇ ਲੋਕਾਂ ਨੂੰ ਅਸੀਂ ਤੋੜ ਬੈਠੇ ਹਾਂ ਉਹਨਾਂ ਨੇ ਸਾਨੂੰ ਨੇੜੇ ਨਹੀਂ ਲਾਉਣਾ, ਹੋਰ ਕਿਸੇ ਸਿਆਸੀ ਜਮਾਤ ਨਾਲ ਸਾਡੀ ਸੁਰ ਨਹੀਂ ਲੜ ਸਕਦੀ, ਕੁੱਲ ਮਿਲਾ ਕੇ ਅਸੀਂ ਜਾਈਏ ਤਾਂ ਜਾਈਏ ਕਿੱਥੇ। ਇਹਨਾਂ ਦਿਨਾਂ ਦੇ ਵਿੱਚ ਫਿਰ ਬੀਜੇਪੀ ਦੇ ਆਲੇ ਦੁਆਲੇ ਕੱਟੇ ਬੱਚੇ ਬੰਨਦੇ ਫਿਰਦੇ ਆ, ਭਾਵੇਂ ਕਿ ਨਵੰਬਰ 84 ਦੇ ਵਿੱਚ ਸਿੱਖਾਂ ਦਾ ਕਤਲੇਆਮ ਕਰਨ ਵਾਲੇ ਕਮਲਨਾਥ ਵਰਗੇ ਵੀ ਉਸੇ ਬੀਜੇਪੀ ਦੇ ਦੁਆਲੇ ਗੇੜੇ ਕੱਢਦੇ ਫਿਰਦੇ। ਕੁੱਲ ਮਿਲਾ ਕੇ ਇਸ ਮੌਕੇ ਜਦੋਂ ਕਿ ਸਾਡੀ ਧਰਤੀ ਦੇ ਉੱਤੇ ਪੰਥਕ ਸੋਚ ਵਾਲੇ ਲੋਕ ਪਿੱਟ ਰਹੇ ਨੇ ਕਿ ਭਾਈ ਅੰਮ੍ਰਿਤਪਾਲ ਸਿੰਘ ਵਰਗਿਆਂ ਦਾ ਜਾਂ ਹੋਰ ਇਹੋ ਜਿਹੇ ਸਾਰੇ ਗੁਰਸਿੱਖਾਂ ਦਾ ਬਹੁਤ ਹਕੂਮਤ ਵੱਲੋਂ ਬੀਜੇਪੀ ਦੀ ਸਰਕਾਰ ਵੱਲੋਂ ਘਾਣ ਹੋ ਰਿਹਾ, ਤਾਂ ਵੀ ਬਾਦਲ ਦਲ ਨੂੰ ਗੱਲ ਨਹੀਂ ਆਉਂਦੀ ਵੀ ਕੀ ਕਰੀਏ ਇਸ ਮਸਲੇ 'ਤੇ। ਪੰਥਕ ਸੁਰ ਨਾਲ ਇੱਕ ਸੁਰਤਾ ਕਰਨ ਕਰਾਉਣ ਤੋਂ ਅੱਜ ਵੀ ਬਾਦਲ ਪਰਿਵਾਰ ਦੇ ਕੋਈ ਗੱਲ ਪੱਲੇ ਨਹੀਂ ਪੈ ਰਹੀ। ਦੂਜੇ ਪਾਸੇ ਕਿਸਾਨੀ ਆ, ਅੱਜ ਜਿਸ ਤਰੀਕੇ ਨਾਲ ਸਾਰਾ ਦਿਨ ਉੱਥੇ ਭਾਣੇ ਵਾਪਰੇ ਆ, ਦੋ ਨੌਜਵਾਨ ਉੱਥੇ ਸ਼ਰੇਆਮ, ਔਰ ਜਿਹੜਾ ਕਤਲ ਹੋਇਆ ਨਾ ਉਹ ਪੰਜਾਬ ਦੀ ਧਰਤੀ ਉੱਤੇ ਹਰਿਆਣੇ ਤੋਂ ਆ ਕੇ ਖਾਕੀ ਵਰਦੀ ਵਾਲੇ ਬੰਦੇ ਮਾਰ ਕੇ ਗਏ ਆ ਸਾਡੇ। ਪਹਿਲਾਂ ਪਿੱਟਦੇ ਹੁੰਦੇ ਸੀਗੇ ਵੀ ਖਾੜਕੂਆਂ ਨੇ ਜੀ ਮਾਹੌਲ ਖਰਾਬ ਕਰਤਾ, ਜੇ ਇਹ ਹਟ ਜਾਣ ਨਾ ਫਿਰ ਦਿੱਲੀ ਵਾਲੇ ਆਪਾਂ ਨੂੰ ਐਂ ਥੋੜੀ ਮਾਰਦੇ ਫਿਰਦੇ ਆ। ਭਾਈ ਹੁਣ ਜਦੋਂ ਵੀ ਕੋਈ ਪੰਥ ਲਈ ਪੰਜਾਬ ਲਈ ਨੌਜਵਾਨ ਸਰਗਰਮੀ ਕਰਦਾ ਉਦੋਂ ਇਹ ਪਿੱਟਣ ਬਹਿ ਜਾਂਦੇ ਆ ਜਿਹੜੇ ਜਾਣੇ। ਅੱਜ ਸਾਰੇ ਕਹਿ ਰਹੇ ਨੇ ਕਿ ਵਾਕਈ ਯਾਰ ਕੋਈ ਸ਼ਰਮ ਹੈ ਨਹੀਂ ਇਸ ਮੁਲਕ ਨੂੰ, ਕਿਵੇਂ ਆ ਕੇ ਇੱਥੇ ਹਰਿਆਣੇ ਤੋਂ, ਤੇ ਜਿਹੜੀ ਆ ਖਬਰ ਅੱਜ ਜਿਹੜੀ ਆਈ ਆ ਇਸ ਮਸਲੇ ਤੇ ਉਹਦੇ ਵਿੱਚ ਸਾਫ ਦੱਸਿਆ ਜਾ ਰਿਹਾ ਵੀ ਉਹਦਾ ਨੌਜਵਾਨ ਆ ਜਿਹੜਾ ਉੱਥੇ ਖਨੌਰੀ ਵਾਲੇ ਬਾਰਡਰ ਤੇ ਮਰਿਆ, ਉਹ 21 ਸਾਲ ਦਾ ਸੁਭ ਕਰਨ ਸਿੰਘ ਉਹਦਾ ਨਾਂ ਹੈ, ਬਠਿੰਡੇ ਜ਼ਿਲ੍ਹੇ ਦਾ ਦੱਸਿਆ ਜਾਂਦਾ। ਤੇ ਉਸ ਨੌਜਵਾਨ ਦੇ ਕਤਲ ਦੀ ਜਿਹੜੀ ਕਹਾਣੀ ਆ ਉਹਦੀ ਖਬਰ ਆ ਜਿਹੜੀ ਉਹ ਬਹੁਤ ਹੌਲਨਾਕ, ਉਹਦੇ ਗਿੱਚੀ 'ਚ ਗੋਲੀ ਮਾਰੀ ਹੋਈ ਆ ਤੇ ਜਦੋਂ ਉਹਨੂੰ ਰਜਿੰਦਰਾ ਹਸਪਤਾਲ ਪਟਿਆਲੇ ਲਿਆਂਦਾ ਉੱਥੇ ਡਾਕਟਰਾਂ ਨੇ, ਵੈਸੇ ਉਹਦੀ ਡੈਥ ਤਾਂ ਉੱਥੇ ਹੋ ਗਈ ਸੀ, ਸਵਾਸ ਪੂਰੇ ਹੋ ਗਏ ਸੀ ਮੌਕੇ ਤੇ ਹੀ। ਦੱਸਦੇ ਇਹ ਆ ਵੀ ਜਦੋਂ ਪ੍ਰੋਗਰਾਮ ਬਣਾਇਆ ਗਿਆ ਕਿ 21 ਜਿਹੜੀ ਫਰਵਰੀ ਆ ਵੀ ਆਪਾਂ ਕਰਨਾ ਉਸ ਮਾਰਚ,
ਤਾਂ ਉੱਥੇ ਇੱਕ ਰੱਸਾ ਬੰਨ ਲਿਆ ਗਿਆ ਵੀ ਜਦੋਂ ਆਪਣੀ ਲੀਡਰਸ਼ਿਪ ਜਿਵੇਂ ਕਹੂ ਆਪਾਂ ਉਵੇਂ ਕਰਨਾ। ਜਿਹੜਾ ਉਹ ਰੱਸਾ ਲੱਗਿਆ ਸੀ ਕਿਸਾਨ ਜਥੇਬੰਦੀਆਂ ਵੱਲੋਂ, ਕਿਸਾਨ ਸੰਘਰਸ਼ ਵੱਲੋਂ, ਉਸ ਰੱਸੇ ਤੋਂ ਪਿੱਛੇ ਪਿੱਛੇ ਸੰਘਰਸ਼ੀਲ ਜਿਹੜੇ ਲੋਕ ਸੀਗੇ ਉਹ ਆਪਦਾ ਨਾਅਰੇਬਾਜ਼ੀ ਕਰ ਰਹੇ ਸੀ, ਤਿਆਰੀ ਕਰ ਰਹੇ ਸੀ। ਤੇ ਦੂਜੇ ਪਾਸੇ ਇੱਕ ਨਾਕਾ ਜਿਹਾ ਲਾ ਕੇ ਉੱਥੇ ਹਰਿਆਣੇ ਦੀ ਪੁਲਿਸ ਮੁਲਾਜ਼ਮ ਖਾਕੀ ਵਰਦੀ ਵਾਲੇ ਤੇ ਹੋਰ ਲੋਕ ਉੱਥੇ ਖੜੇ ਸੀ। ਉਹਦੇ ਗਰੁੱਪ ਦੇ ਵਿੱਚ ਸਾਦੇ ਕੱਪੜਿਆਂ ਵਾਲੇ ਕੁਛ ਇਹੋ ਜਿਹੇ ਲੋਕ ਸੀ ਜਿਹੜੇ ਗੰਦੇ ਇਸ਼ਾਰੇ ਕਰਦੇ ਸੀ, ਭੜਕਾਉਂਦੇ ਸੀ, ਤੇ ਜਦੋਂ ਨੌਜਵਾਨ ਉਹਨਾਂ ਦੇ ਭੜਕਾਹਟ ਦੇ ਵਿੱਚ ਆ ਕੇ ਉਧਰ ਨੂੰ ਵੱਧਦੇ ਸੀ ਤਾਂ ਉਦੋਂ ਖਾਕੀ ਵਰਦੀ ਵਾਲੇ ਬੂਰੇ ਹੋ ਜਾਂਦੇ ਸੀ ਤੇ ਉਹ ਜਿਹੜੇ ਸਿਵਲ ਕੱਪੜਿਆਂ ਵਾਲੇ ਸੀ ਉਹ ਪਿੱਛੇ ਹੋ ਜਾਂਦੇ ਸੀ। ਉਹ ਜਿਹੜੇ ਗੰਦੇ ਇਸ਼ਾਰੇ ਕਰਨ ਵਾਲੇ ਤੇ ਭੈੜੇ ਸਿੱਖ ਨੌਜਵਾਨੀ ਨੂੰ ਵੰਗਾਰਨ ਵਾਲੇ ਨਾਅਰੇ ਲਾਉਣ ਵਾਲੇ ਸੀ ਉਹਨਾਂ ਦਾ ਕੰਮ ਉਹੀ ਸੀ ਜਿਵੇਂ ਉਹ ਬੱਕਰੀ ਬੰਨੀ ਜਾਂਦੀ ਆ ਨਾ ਸ਼ੇਰ ਨੂੰ ਫੜਨ ਲਈ, ਉਵੇਂ ਉਹਨਾਂ ਦਾ ਕੰਮ ਸੀਗਾ ਵੀ ਆਪਾਂ ਇੱਕ ਵਾਰੀ ਸ਼ਿਕਾਰ ਜਿਹੜਾ ਹੈਗਾ ਤੁਹਾਡਾ ਅਸੀਂ ਸਾਹਮਣੇ ਲੈ ਕੇ ਆਵਾਂ। ਇਸ ਚੱਕਰ ਦੇ ਵਿੱਚ ਰੱਸੇ ਤੋਂ ਬਹੁਤ ਪਿੱਛੇ ਸੀ, 100 ਮੀਟਰ ਪਿੱਛੇ ਦੱਸਿਆ ਜਾਂਦਾ ਨੌਜਵਾਨ ਇਹ ਜਿਹਦੇ ਗੋਲੀ ਮਾਰੀ ਹੈ, ਤੇ ਦੱਸਦੇ ਆ ਵੀ ਉਹਨਾਂ ਵਿੱਚੋਂ ਇੱਕ ਨੌਜਵਾਨ ਨੂੰ 6 ਮੁੰਡਿਆਂ ਨੂੰ ਤਾਂ ਚੱਕ ਕੇ ਲੈ ਗਏ ਪਰਲੇ ਪਾਸੇ, ਬੋਰੀ ਚ ਪਾ ਕੇ ਇੱਕ ਨੌਜਵਾਨ ਨੂੰ ਬਹੁਤ ਕੁੱਟਿਆ, ਇਵੇਂ ਹੀ ਇਸ ਨੌਜਵਾਨ ਦੇ ਗੋਲੀ ਮਾਰੀ, ਹੋਰ ਮੁੰਡਿਆਂ ਦੇ ਵੀ ਗੋਲੀਆਂ ਮਾਰੀਆਂ। ਔਰ ਇਹ ਸ਼ਰੇਆਮ ਪੰਜਾਬ ਦੀ ਧਰਤੀ ਤੇ ਆ ਕੇ ਹਰਿਆਣੇ ਦੀ ਪੁਲਿਸ ਜਿਹੜੀ ਆ ਜਦੋਂ ਇਹ ਸਾਰਾ ਕੁਛ ਕਰਾ ਰਹੀ ਹੈ, ਉਸ ਮੌਕੇ ਪੰਜਾਬ ਦੀ ਸਰਕਾਰ ਜਿਹੜੀ ਆ ਦਾੜ ਵੱਟੀ ਬੈਠੀ। ਪੰਜਾਬ ਸਰਕਾਰ ਭਗਵੰਤ ਮਾਨ ਦੀ ਸਰਕਾਰ ਦਾ ਫਰਜ਼ ਤਾਂ ਇਹ ਬਣਦਾ ਸੀ ਕਿ ਪਹਿਲੇ ਦਿਨ ਤੋਂ ਹੀ ਪੰਜਾਬ ਨਾਲ ਖੜ ਕੇ ਦਿਖਾਉਂਦੇ, ਪਰ ਇਹਨਾਂ ਨੇ ਸ਼ੋਸ਼ੇਬਾਜ਼ੀ ਡਰਾਮੇਬਾਜ਼ੀ ਪੂਰੀ ਕੀਤੀ ਪਰ ਜਿਹੜੀ ਜ਼ਿੰਮੇਵਾਰੀ ਆ ਉਹ ਨਹੀਂ ਨਿਭਾਈ। ਨਤੀਜਾ ਕੀ ਨਿਕਲਿਆ ਕਿ ਅੱਜ ਪੰਜਾਬ ਦੀ ਧਰਤੀ ਉੱਤੇ ਆ ਕੇ ਹੁਣ ਪੰਜਾਬ ਜਿਹੜਾ ਹੈ ਉਹ ਇੱਕ ਹਰਿਆਣੇ ਵਾਂਗੂ ਵੱਖਰੀ ਆਜ਼ਾਦ ਸਟੇਟ ਆ। ਹਰਿਆਣੇ ਦੇ DGP ਦੇ ਹੁਕਮ, ਔਰ ਹਰਿਆਣੇ ਦੇ DGP ਦੇ ਹੁਕਮ ਤਾਂ ਚੱਲ ਇਹ ਮੰਨਦੇ ਆ ਜਦੋਂ ਉਹ ਜਿਹੜਾ ਕੁਛ ਉਹ ਕਹਿੰਦਾ ਉਵੇਂ ਕਰੀ ਜਾਂਦਾ ਹੈ, ਪਰ ਗੱਲ ਅਗਲੀ ਆ ਵੀ ਸਾਰੇ ਭਾਰਤ ਦਾ ਜਿੰਨਾ ਵੀ ਭਾਗਮਾ ਵਰਗੇ ਜਿਹੜਾ ਹਿੰਦੂ ਕੱਟੜਪੰਥੀ ਆ ਨਾ ਉਹਨਾਂ ਸਾਰਿਆਂ ਨੂੰ ਐਂ ਲੱਗਦਾ ਵੀ ਅਸੀਂ ਪੰਜਾਬ ਨੂੰ ਜਿਵੇਂ ਡਿਕਟੇਟ ਕਰਨਾ ਚਾਹੀਏ ਉਵੇਂ ਉਹ ਕਰਾਂਗੇ। ਜਿੰਨਾ ਲੜੂ ਬੰਦਾ ਸਾਰੇ ਭਾਰਤ ਦਾ ਉਹ ਉੱਠ ਕੇ ਪੰਜਾਬ ਐਂ ਕਰੇ, ਪੰਜਾਬ ਉਹ ਕਰੇ, ਤੇ ਭਗਵੰਤ ਮਾਨ ਤੇ ਉਹਦੀ ਜੁੰਡਲੀ ਤੇ ਗੋਡੇ ਟੇਕੀ ਬੈਠਿਆ, ਚਫਾਲ ਡਿੱਗੇ ਪਿਆ ਵੀ ਦੱਸੋ ਜੀ ਜਿਵੇਂ ਤੁਸੀਂ ਕਹਿੰਦੇ ਹੋ ਉਵੇਂ ਕਰ ਲੈਂਦੇ। ਹੁਣ ਪੰਜਾਬ ਜਾਂ ਪੰਜਾਬ ਦੇ ਲੋਕ ਤਾਂ ਇਹਨੂੰ ਲੈ ਰਹੇ ਨੇ ਇੱਕ ਸ਼ਾਂਤਮਈ ਸੰਘਰਸ਼ ਵਜੋਂ। ਦਿੱਲੀ ਵਾਲਿਆਂ ਲਈ ਕੀ ਆ ਇਹ? ਭਾਗਵੇਂ ਬ੍ਰਿਗੇਡ ਲਈ, ਨਾਗਪੁਰ ਵਾਲਿਆਂ ਲਈ ਹੈਗਾ ਇਹ ਜੰਗ। ਹੁਣ ਜਦੋਂ ਜੰਗ ਹਿੰਦ ਪੰਜਾਬ ਵਜੋਂ ਆਪਾਂ ਗੱਲ ਨੂੰ ਲਈਏ ਤਾਂ ਉਹਦੇ ਅਰਥ ਬਦਲ ਜਾਂਦੇ ਨੇ। ਲਾਲੇ ਨੇ, ਅਗਲੇ ਚਾਣਕਿਆ ਦੇ ਚੇਲੇ ਨੇ, ਕੂਟਨੀਤੀ ਦੇ ਮਾਹਿਰ ਨੇ, ਠੱਗੀ ਹੇਰਾਫੇਰੀ ਝੂਠ ਉਹਨਾਂ ਦੇ ਗ੍ਰੰਥਾਂ ਚ ਸਿਖਾਇਆ ਜਾਂਦਾ, ਆਪਦੇ ਮਤਲਬ ਨੂੰ ਪੂਰਾ ਕਰਨ ਲਈ ਮਿੱਠੇ ਪਿਆਰੇ ਹੋ ਕੇ ਦੁਸ਼ਮਣ ਨੂੰ, ਵਿਰੋਧੀ ਨੂੰ ਘੇਰਨਾ। ਆਪਾਂ ਨੂੰ ਪਤਾ ਨਾ ਕਿ ਉਹਦੀਆਂ ਹਜ਼ਾਰਾਂ ਇਹੋ ਜਿਹੀਆਂ ਸਾਖੀਆਂ ਕਹਾਣੀਆਂ ਨੇ ਜਿਹਦੇ ਵਿੱਚ ਉਹਨਾਂ ਨੇ ਕਰਤੂਤ ਕੀਤੀ। ਪਿਛਲੇ 15-20 ਦਿਨ ਤੋਂ ਜਿਹੜੀਆਂ ਉਹ ਮਿੱਠੀਆਂ ਗੋਲੀਆਂ ਦੇ ਰਹੇ ਨੇ ਵੀ ਨਹੀਂ ਜੀ ਆਪਾਂ ਸ਼ਾਂਤੀ ਨਾਲ ਬਹਿ ਕੇ ਗੱਲ ਕਰਾਂਗੇ, ਜੇ ਅਬੂਆ, ਅਸਲ ਵਿੱਚ ਉਹਨਾਂ ਦਾ ਇਹੀ ਹੈਗਾ ਵੀ ਨਾਲੇ ਤਾਂ ਠੋਕੀ ਚੱਲੋ ਤੇ ਨਾਲੇ ਸੱਦੇ ਦੇਈ ਚੱਲੋ। ਉਹਨਾਂ ਨੇ ਜਿਹੜਾ ਇਹ ਮਿੱਠਤ ਪਿਆਰ ਵਾਲਾ ਵਿਹਾਰ ਰੱਖਿਆ ਹੋਇਆ ਇਹਦੇ ਪਿੱਛੇ ਉਵੇਂ ਹੀ ਆ ਜਿਵੇਂ ਸੱਪ ਸੋਹਣਾ ਤਾਂ ਬੜਾ ਹੁੰਦਾ, ਸੱਪ ਨੂੰ ਦੇਖੋ ਕਦੇ ਬੜਾ ਖੂਬਸੂਰਤ ਚੀਜ਼ ਲੱਗਦਾ ਪਰ ਉਹਦਾ ਡੰਗ ਬੜਾ ਜ਼ਹਿਰੀ ਹੁੰਦਾ। ਸੋ ਜਿਹੜਾ ਇਸ ਕਿਸਾਨ ਸੰਘਰਸ਼ ਨੂੰ ਅਗਲੇ ਦੇਖ ਰਹੇ ਨੇ ਉਹਨਾਂ ਦੇ ਦਿਲ ਦਿਮਾਗ ਵਿੱਚ ਇਹ ਆ ਕਿ ਇਹ ਪੰਜਾਬ ਜਿਹੜਾ ਆਏ ਦਿਨ ਸਾਨੂੰ ਵੰਗਾਰਦਾ, ਸਾਰਾ ਭਾਰਤ ਸਾਡੇ ਮੂਹਰੇ ਗੋਡੇ ਟੇਕੀ ਬੈਠਾ, ਇਹਨਾਂ ਦੀ ਕੀ ਜ਼ਰੂਰਤ ਆ? ਤੇ ਪੰਜਾਬ ਦੀ ਸਰਕਾਰ ਨੂੰ ਅਗਲਿਆਂ ਨੇ ਲੈ ਲਿਆ ਚਾਟ ਤੇ ਉਹ ਕਹਿੰਦੇ ਆ ਵੀ ਕਿਤੇ ਸਾਨੂੰ ED ਨਾ ਘੇਰ ਲਵੇ, ਕੇਜਰੀਵਾਲ ਦੇ ਗੱਲ ਚ ਰੱਸਾ ਨਾ ਪਾ ਲਵੇ BJP। ਤੋ ਉਸ ਗੱਲ ਦੇ ਲਈ ਇਹਨਾਂ ਨੇ ਕੰਪਰੋਮਾਈਜ਼ ਕੀਤਾ ਲੱਗਦਾ, ਤੇ ਇਹ ਨਤੀਜਾ ਨਿਕਲ ਰਿਹਾ ਕਿ ਬਾਰਡਰਾਂ ਦੇ ਉੱਤੇ ਸਾਡੇ ਨੌਜਵਾਨਾਂ ਦਾ, ਕਿਸਾਨ ਸੰਘਰਸ਼ ਵਾਲਿਆਂ ਦਾ। ਆਪਾਂ ਮੰਨੀ ਚੱਲੋ ਵੀ ਸ਼ਾਂਤਮਈ ਸੰਘਰਸ਼ ਆ ਜੀ ਸਾਡਾ, ਉਹ ਕਹਿੰਦੇ ਆ ਵੀ ਨਹੀਂ। ਤੇ ਸ਼ਰਤਾਂ ਮੈਂ ਅੱਜ ਤੱਕ ਨਹੀਂ ਕਦੇ ਸੁਣਿਆ ਵੀ ਕਿਸੇ ਜੰਗ ਦੇ ਮੈਦਾਨ ਵਿੱਚ ਸ਼ਰਤਾਂ ਰੱਖੀਆਂ ਹੋਣ, ਪਰ ਜੰਗ ਤਾਂ ਉਹ ਸਮਝਦੇ ਨੇ ਨਾ ਆਪਣੇ ਬੰਦਿਆਂ ਨੂੰ, ਤਾਂ ਇਉਂ ਲੱਗਦਾ ਵੀ ਅਸੀਂ ਇੱਕ ਬਿਲਕੁਲ ਪੀਪਲਸ
डेमोक्रेट तरीके नाल ते बिल्कुल पीसफुल तरीके नाल लोक लहर साडी है, पर उन्हां नूं जंग दिखदी है। जंग दे विच तां सिर्फ जित देखी जांदी है वी भाई हुक एंड क्रुक, तुसीं जो मर्जी ठगी साम दाम दंड पे जो मर्जी वरतो, अंत ते फतेह थोड़ी होनी चाहीदी। अगले यह बनाउणा चाहुंदे आ वी ना तां हरियाणा टप्पण दित्ते, नाले छत्तर फेरिया, नाले कोई मंग मुंग नहीं मन्नी ते आ पिया पंजाब डिगया, जिहड़ा कहिंदे सीगे वी दिल्ली दे मोदी दे मतलब गेड़े खड़ा रहे। सो उन्हां दा तां इह जिहड़ा मिथिया होया निशाना, इहदे लई उह दो तरीके कर रहे ने वी इक पासे मिठे प्यारे होई रहो, दूजे पासे रगड़ा फेरी चलो, अगले पंजाब दे विच बैठ बैठ के बंदे मार रहे। ते इहदे विच उन्हां नूं इह साफ तौर ते आ कि पंजाब दा जिहड़ा सैर उच्चा करके जाउण दी आदत आ ना, जिहड़ा वी बंदा इत्थे धौण उच्ची करके जाना चाहुंदा वी उह तां रगड़ना ही रगड़ना। आ जिहड़े नौजवानां नूं फड़ के जिहड़े सुट्टदे आ कदे झूठे पुलिस मुकाबले, इह सारे इसे गल चों ही आ ना कि इह जिहड़ी गल कहिंदे आ कि शाह मुहम्मद आ गल तां सोई होणी, जिहड़ी करेगा खालसा पंथ मियां, इह नहीं चलण देणा कि पंजाब दी धरती बारे जिहड़ा इह कहिंदे ने बई पंजाब ज्यौंदा गुरां दे नौं ते, ਇਹ ਚੀਜ਼ ਜੇ ਮਟਾਉਣੀ ਆ ਤਾਂ ਇਹਨਾਂ ਦੇ ਲੋਕਾਂ ਵਿੱਚ ਦਹਿਸ਼ਤ ਪਾਉਣੀ ਪਊਗੀ, ਸਰਕਾਰੀ ਅੱਤਵਾਦ ਨੂੰ ਖੁੱਲ ਦੇਣੀ ਪਊਗੀ। ਇਸ ਗੱਲ ਲਈ ਜਿਹੜੇ ਹੱਥ ਜਿਹੜੇ ਤਰੀਕੇ ਵਰਤੇ ਜਾ ਰਹੇ ਨੇ, ਆ ਜਿਹੜੀ ਖਬਰ ਅੱਜ ਆਈ ਆ ਵੀ ਉੱਥੇ ਸਿਵਲ ਕੱਪੜਿਆਂ 'ਚ ਕੁਛ ਮੁਸ਼ਟੰਡੇ ਖੜੇ ਕੀਤੇ ਹੋਏ ਨੇ ਜਿਹੜੇ ਗੰਦ ਭੈੜੇ ਇਸ਼ਾਰੇ ਕਰਦੇ ਆ, ਉਹਦੇ ਬਾਰੇ ਸਾਡੇ ਕੁਛ ਸਮਾਂ ਪਹਿਲਾਂ ਵੀ ਇਹ ਚਰਚਾ ਹੋਈ ਸੀ ਜਦੋਂ ਦਿੱਲੀ ਵਿੱਚ ਐਨ ਆਰ ਸੀ ਤੇ ਸੀ ਈ ਏ ਦੇ ਖਿਲਾਫ ਉੱਥੇ ਚੱਲਦਾ ਸੀ ਨਾ ਮੋਰਚਾ, ਉਦੋਂ ਵੀ ਇਹ ਗੱਲ ਚੱਲੀ ਸੀ। ਅਸਲ ਵਿੱਚ ਸਾਰੇ ਭਾਰਤ ਵਿੱਚ ਜਿਹੜੀਆਂ ਸੰਘ ਦੀਆਂ ਆਰਐਸਐਸ ਦੀਆਂ ਸ਼ਾਖਾਵਾਂ ਨੇ, ਉਹਨਾਂ ਵਿੱਚ ਆਉਣ ਵਾਲਿਆਂ ਨੂੰ ਜਿਹੜਾ ਉਹ ਸਿਖਾਉਂਦੇ ਆ ਗਤਕੇ ਗੁਤਕੇ ਜੇ, ਗਤਕਾ ਤਾਂ ਐਵੇਂ ਆਪਾਂ ਕਹੀ ਜਾਂਦੇ ਆ ਡਾਂਗਾਂ ਜਿਹੀਆਂ ਚਲਾਉਣੀਆਂ ਸਿਖਾਉਂਦੇ ਆ, ਕੱਛੇ ਜੇ ਪਵਾ ਕੇ ਜਾਂ ਹੋਰ ਜਿਹੜੇ ਕਰਦੇ ਆ, ਉਹਨਾਂ ਨੂੰ ਸਾਫ ਪਤਾ ਵੀ ਇਹਦੇ ਨਾਲ ਜਿੰਨਾ ਅਸੀਂ ਮਰਜ਼ੀ ਟੌਰ ਜੀ ਬਣਾਉਂਦੇ ਫਿਰੀਏ, ਖਾਸ ਤੌਰ ਦੇ ਉੱਤੇ ਸਿੱਖਾਂ ਦੇ ਮੁਕਾਬਲੇ ਤਾਂ ਇਹ ਚੀਜ਼ ਇਹ ਸਾਡੇ ਜਿਹੜੇ ਟ੍ਰੇਨਡ ਕੀਤੇ ਹੋਏ ਕਮਾਂਡੋ ਨੇ ਇਹ ਕੋਈ ਅਰਥ ਨਹੀਂ ਰੱਖਦੇ। ਹੁਣ ਸਿੱਖ ਵੈਸੇ ਦੀਦਾ ਦਲੇਰ ਆ ਤੇ ਚੜ੍ਹਦੀ ਕਲਾ ਵਿੱਚ ਰਹਿਣ ਵਾਲਾ ਅਣਖ ਗੈਰਤ ਵਾਲਾ, ਸਿੱਖ ਨੂੰ ਜੇ ਕਿਤੇ ਭਵਿੱਖ 'ਚ ਨਸਲਕੁਸ਼ੀ ਕਰਨੀ ਪੈ ਜਾਵੇ ਸਿੱਖਾਂ ਦੀ, ਤਾਂ ਉਹਨੂੰ ਕਤਲ ਕਿਵੇਂ ਕਰਨਗੇ ਸਾਡੇ ਬੇਰਹਿਮ ਤੇ ਬੇਕਿਰਕ ਬਣਾਉਣ ਦੇ ਲਈ, ਇਹਨਾਂ ਦੇ ਦਿਲ ਵਿੱਚੋਂ ਸਿੱਖਾਂ ਦੀ ਜਿਹੜੀ ਉਹ ਦਹਿਸ਼ਤ ਆ ਉਹ ਕੱਢਣ ਲਈ ਕੁਛ ਕਰਨਾ ਪਊ। ਇਸ ਕੰਮ ਲਈ ਇਹ ਕੀ ਕਰਦੇ ਆ ਵੀ ਜਦੋਂ ਜਦੋਂ ਵੀ ਸੰਘਰਸ਼ ਲਾਉਂਦਾ ਉੱਠਦਾ ਉਸ ਟਾਈਮ ਕਹਿੰਦੇ ਆ ਕਿ ਜੇਕਰ ਆਪਾਂ ਉੱਥੇ 5000 ਖਾਖੀ ਵਰਦੀ ਵਾਲੀ ਜਿਹੜੀ ਫੋਰਸ ਆ ਸੁਰੱਖਿਆ ਫੋਰਸਾਂ ਨੇ ਉਹ ਜੇ ਲਾਉਣੀਆਂ ਤਾਂ 500 ਬੰਦਾ ਆਪਾਂ ਆਪਦਾ ਵਿੱਚ ਨਾਲ ਭੇਜੋ ਸਿਵਲ ਕੱਪੜਿਆਂ 'ਚ, ਵਿੱਚ ਉਹਨਾਂ ਦੇ ਵਰਦੀਆਂ ਵੀ ਪਵਾ ਦਿੰਦੇ ਨੇ ਕਿਸੇ ਦੇ ਉੱਪਰ, ਉਹ ਕਈ ਇਹਨਾਂ ਦਿਨਾਂ 'ਚ ਫੋਟੋਆਂ ਵੀਡੀਓਜ਼ ਲੋਕ ਪਾ ਰਹੇ ਨੇ ਵੀ ਇਹ ਲੱਗਦੇ ਨਹੀਂ ਹੈਗੇ ਵੀ ਜਿਵੇਂ ਸਰਕਾਰੀ ਬੰਦੇ ਹੋਣ, ਜੀਨ ਦੀਆਂ ਪੈਂਟਾਂ ਪਾਈਆਂ ਨੇ ਤੇ ਉੱਪਰ ਝੱਗਾ ਜਾ ਜਾਂ ਵਰਦੀ ਜੀ ਦਾ ਕੁਛ ਪਾ ਕੇ ਵੀ ਆ ਸ਼ੋ ਕਰਦੇ ਆ ਜਿਵੇਂ ਅਸੀਂ ਸਿਕਿਉਰਿਟੀ ਏਜੰਸੀਆਂ ਦੇ ਪੁਲਿਸ ਵਾਲਿਆਂ ਦੇ ਬੰਦੇ ਆ। ਅਸਲ ਵਿੱਚ ਇਹ ਭਗਵੇਂ ਬ੍ਰਿਗੇਡ ਦੇ ਹਿੰਦੂ ਕੱਟੜ ਪੰਥੀ ਆ ਜਿਨ੍ਹਾਂ ਨੂੰ ਇਸ ਸੰਘਰਸ਼ ਵਿੱਚ ਜਾਗ ਤੋੜਨ ਲਈ ਲਿਆਂਦਾ ਹੋਇਆ ਬਈ ਦੇਖੋ ਤੁਹਾਡੇ ਸਾਹਮਣੇ ਅਸੀਂ ਸਿੱਖਾਂ ਦਾ ਕਟਾਪਾ ਕਰਾਂਗੇ, ਸਿੱਖਾਂ ਦੇ ਗੋਲੀਆਂ ਚਲਾਵਾਂਗੇ, ਤੁਸੀਂ ਵੀ ਜਿੰਨੀ ਮਰਜ਼ੀ ਦਲੇਰੀ ਨਾਲ ਇਹਨਾਂ ਨੂੰ ਕੁੱਟੋ ਮਾਰੇ ਤੁਹਾਡਾ, ਕਿਉਂਕਿ ਇੱਕ ਜਾਗ ਤੋੜਨੀ ਆ। ਜੇਕਰ ਇਹੀ ਹਿੰਦੂ ਕੱਟੜ ਪੰਥੀ ਕਦੇ ਕਿਸੇ 2-4 ਸਿੱਖਾਂ ਦੇ ਲੰਘੇ ਜਾਂਦਿਆਂ ਦੇ ਗਲ ਪੈਣ ਤਾਂ ਉਹ 2-4 ਸਿੰਘ ਵੀ ਇਹਨਾਂ ਦੀਆਂ ਪਤੀੜਾਂ ਪਵਾ ਦੇਣਗੇ। ਜੇ ਕਿਸੇ ਨੂੰ ਇਸ ਗੱਲ ਤੇ ਯਕੀਨ ਨਹੀਂ ਹੈਗਾ ਉਹ ਗੂਗਲ ਦੇ ਉੱਤੇ ਯੂਟਿਊਬ ਦੇ ਉੱਤੇ ਸਰਚ ਮਾਰੇ, ਇੱਥੇ 6 ਜੂਨ ਨੂੰ ਇੱਕ ਵਾਰੀ ਸੰਤ ਭਿੰਡਰਾਂ ਵਾਲਿਆਂ ਦਾ ਪੁਤਲਾ ਫੂਕਣ ਦਾ ਅੰਮ੍ਰਿਤਸਰ ਐਲਾਨ ਕਰ ਬੈਠੇ। ਜਦੋਂ ਇੱਥੇ ਸਾਡੇ ਭੁਪਿੰਦਰ ਸਿੰਘ ਸੱਜਣ ਨੂੰ ਪਤਾ ਲੱਗਿਆ ਵੀ ਪੁਤਲਾ ਫੂਕਣ ਦੀ ਇਹ ਗੱਲਾਂ ਕਰਦੇ ਆ ਸੰਤਾਂ ਦਾ, ਉਹਨੇ ਇੱਕ ਜਕਾਰਾ ਛੱਡਿਆ ਤੇ ਸ੍ਰੀ ਸਾਹਿਬ ਕੱਢ ਕੇ ਲਹਿਰਾਈ। ਉਹ ਜਿਵੇਂ ਜਾਦੂ ਦੇ ਜ਼ੋਰ ਨਾਲ ਬੰਦੇ ਗਾਇਬ ਕਰ ਦਈਦੇ ਆ ਨਾ, ਐਂ ਗਾਇਬ ਹੋ ਗਏ ਜਿਵੇਂ ਗਧੇ ਦੇ ਸਿਰ ਤੋਂ ਸਿੰਘ ਗਾਇਬ ਹੁੰਦੇ ਨੇ। ਇਹ ਘੱਟੋ ਘੱਟ 150 ਸੀ ਉਹਦਣ ਹਿੰਦੂ ਕੱਟੜ ਪੰਥੀ ਤੇ ਇੱਕ ਸਿੰਘ, ਉਹ ਵੀ ਉਹਨੇ ਜਕਾਰਾ ਹੀ ਛੱਡਿਆ, ਕੁਛ ਇਹਨੇ ਵੀ ਕੋਈ ਮਾਰਿਆ ਕੋਈ ਫਾਇਰ ਕੱਢਿਆ ਜਾਂ ਕੋਈ ਗੱਲ ਕੀਤੀ, ਬਿਲਕੁਲ ਸ੍ਰੀ ਸਾਹਿਬ ਉਹਨੇ ਕੱਢੀ ਤੇ ਜਕਾਰਾ ਛੱਡਿਆ, ਇਹ ਲੱਭੇ। ਸੋ ਇਹ ਜਿਹੜੀ ਇਹਨਾਂ ਦੇ ਹਿੰਦੂ ਤਵੀਆਂ ਦੇ ਦਿਮਾਗ 'ਚ ਗੱਲ ਆ ਕਿ ਸਾਡੇ ਕਹਿੰਦੇ ਕਹਾਉਂਦੇ 400-500 ਬੰਦੇ ਦੇ ਸਾਹਮਣੇ ਵੀ ਇੱਕ ਸਿੱਖ ਦਾ ਇੱਕ ਜਕਾਰਾ ਹੀ ਬਹੁਤ, ਇਹ ਚੀਜ਼ ਕਿਵੇਂ ਤੋੜੀ ਜਾਵੇ, ਇਹਦੇ ਲਈ ਉਹਨਾਂ ਨੇ ਇਹ ਰਾਹ ਲੱਭਿਆ ਬਈ ਜਦੋਂ ਵੀ ਕਿਤੇ ਸੰਘਰਸ਼ ਹੋਵੇ ਉੱਥੇ ਆਪਦੇ ਬੰਦੇ ਵਰਦੀਆਂ ਪਵਾ ਕੇ ਭੇਜੋ, ਜਦੋਂ
ट्रेड पूरी तरह अर्ध सुरक्षा बल सीआरपी जां एनएसजी जां पुलिस वाले सिख नूं मारनगे कुटणगे तां नाल खड़े बंदे दी साडे बंदे दी जग टुटूगी ते उहदे च दलेरी आऊगी वी आपां वी सिखां नूं कुट्टिआ आपां वी सिख नूं गोली मारी। ਉਹ ਕਹਿੰਦੇ ਵੀ ਇਹਨਾਂ ਨੂੰ ਵੀ ਤੁਸੀਂ ਚਾਹੇ ਜੋ ਮਰਜ਼ੀ ਇਹਨਾਂ ਨਾਲ ਕਰੋ, ਅਸੀਂ ਆਪੇ ਬਾਅਦ ਤਾਂ ਖਬਰ ਹੀ ਬਣਾਉਣੀ ਆ ਨਾ। ਹੁਣ ਸਾਡੇ ਬੰਦੇ ਕਹਿੰਦੇ ਆ ਜੀ ਇਹ ਸ਼ਾਂਤਮਈ ਸੰਘਰਸ਼ ਆ, ਉਹ ਕਹਿੰਦੇ ਆ ਚਾਹੇ ਤੁਸੀਂ ਜਿਹਨੂੰ ਮਰਜ਼ੀ ਕਤਲ ਕਰ ਦਿਓ, ਅਸੀਂ ਆਪੇ ਬਾਅਦ ਚ ਖਬਰ ਬਣਾ ਦਿਆਂਗੇ ਵੀ ਭੜਕੀ ਹੋਈ ਭੀੜ ਨੂੰ ਤਿੱਤਰ ਬਿੱਤਰ ਕਰ। ਜਿਵੇਂ ਆਹ ਜਿਹੜਾ ਨੌਜਵਾਨ ਸ਼ੁਭ ਕਰਮਨ ਤੇ ਹੋਰ ਜਿਹੜੇ ਮੁੰਡੇ ਅੱਜ ਮਾਰੇ ਆ ਇਹਨਾਂ ਨੇ, ਇਹਨਾਂ ਬਾਰੇ ਦੇਖਿਓ ਤੁਸੀਂ ਐਫ ਆਈ ਆਰ ਹਰਿਆਣੇ ਵਾਲਿਆਂ ਨੇ ਇਹੀ ਲਿਖਣੀ ਹੈ। ਪੰਜਾਬ ਸਰਕਾਰ ਦੇ ਤਾਂ ਹੋਸ਼ ਉੱਡੇ ਪਏ ਨੇ, ਉਹ ਤਾਂ ਕੁਛ ਨਹੀਂ ਕਰਨਗੇ, पर हरियाणा सरकार ने एफ आई आर कट भी ली होनी आ बई ये नौजवान साढ़े को वैपन खोन आ पाया जी, ये बहुत दलेर बंदा सी जी, साढ़े इतने आके जिहड़ा खाखी वर्दी वाले से उन्होंने पै गया मुलाजमान नूं ते फिर उत्थे गोली चल गई। सो जिहड़ा एफ आई आर कट्टणी झूठे केस की कहानी घड़नी उहदे च तां अगले ने तो जिहड़े ग्रंथ लिखे हुए झूठ दे सिर ते पौड़े, किसी नूं कित्थों पैदा कर लिया, किसी नूं कित्थों पैदा कर लिया। सो जेड़े लोगों का आदि तो एक कम चलिया आता सदियों तो झूठ बोलना, उन्होंने ये झूठी कहानी कड़नी, इस करके वह आपके नाल दे हिंदू कट्टरपंथियों को कहते हैं तुसी सिखां दे नाल जो करना करो असी कहानी कड़ के आपे ही उहदा काम पूरा करांगे। तो जे हो भी गया कुछ वह कहते जिहड़ा उत्थे लखीमपुर खीरी च शरेआम उहने कतल किए है तो उहदा किसी ने की विगाड़ लिया। सो एक तरीके नाल सिखां दी जिहड़ी अक्स बनिया है ना दलेरी वाला उहनूं तोड़न लई इत्थे बंदे बहुत लियांदे हुए ने और हरेक संघर्ष विच इदां दे बंदे वरते जांदे ने। अज तां इह न्यूज़ जिहड़े रिपोर्टर्स ने जिहड़े चैनलां वाले आ उन्होंने भी यह मसला यह मुद्दा यह नुकता उभारिया कि सिविल कपड़िआं दे विच जिहड़ी खबर आपां पढ़ रहे हैं शुभ कर्मन वाली नौजवान वाली, इहदे विच भी उत्थे सिविल कपड़िआं दे विच इहो जिहा पुलिसीए पुलिसी तो है नहीं, वह बंदे सी जिहड़े गंद बक के इन्हां नूं मुंडिआं नूं उकसा के बाहर करके गोलियां मारदे रहे। सो अज जिस तरीके नाल पंजाब दे ए दो पुत ए दो नहीं ए आउण वाले दिनां दे विच जेकर अज जदों ये कतल होए ने जदों ये बेरहम होके हरियाणे दे बार्डर दे उत्ते लाशां जिहड़ियां विछाईआं गईआं ने उदों थां थां दे उत्तों क्योंकि सोशल मीडिया दा जमाना नाल दी नाल ही यही रौला पैंदा सी वी इहदे नालों तां जिहड़े इत्थे लीडर ने किसान संघर्ष दे ओह ऐलान करन बई जी इत्थों सारे दे सारे चलो अटारी बार्डर ते पहुंचो, इहदे नालों तां पाकिस्तान दी सरकार नूं बेनती कर लो वी तुसीं जी बार्डर खोलो, असीं इधरों इहनां नूं भजाउंदे आ जिहड़े इत्थे खड़े आ ते इत्थों दी व्यापार सिद्धा होवे, इत्थों दी मतलब कि इतिहासक तौर दे उत्ते उधरों पाकिस्तान दे बार्डर खोले जाण, इधरों भारत दे बार्डर खोल देण ते इत्थे नवा जे इधर नूं तुर पवे गल ना ते देखो उत्थे हरियाणे वालेआं नूं किवें उन्हां ने कहना भी नहीं जी ये तां गलत हो गया तुसीं ऐ नहीं ऐ कर लैने। सो जिन्ना टाइम पहलों इह कहिंदे सी ना वी पाकिस्तान धक्क देंगे ये करना ही ये कुछ पैना, कल उत्थे जदों नौजवान एक सिख पुलिस अफसर नूं कहा इन्हां ने ते उदों उह चीकां जिहियां मारन लग गया बई जी मैनूं खालिस्तानी कहा, मैं सोच रहा सी भी अजे तो बहुत सारे लोग यह कहते पिटदे आ ना भी मैनू खालिस्तानी कहा, कई सिख ने जिहड़े कहते मेरी पग देख के मेरा दाड़ा देख के तुसी मैनू खालिस्तानी कहता, भाई तुसी किहड़े चक्करां च फिरदे हो, आउण वाले समय च तुसी यह भी कहोगे कि तुसी मेरी पग दाड़ा देख के मैनू सिख कहता, अजे तो तुसी कहने हो भी खालिस्तानी कहता, यह थोतों सिखी भी छड़ाउणगे, यह तो उल्ट ठोक वजा के कहा करो भी हाँ है खालिस्तानी असं। जिन्ना लोगों का धर्म इस पग ने बचाया, जिन्ना की पत्त इस दाड़े ने बचाई, जिन्ना का सारा कुछ आ जेडे अज गल करते जिन्हें दिया जनानियां चक चक के लेके जाते अगले, जिन्ना का तिलक जिन्हें वह बचाया अज वो लोग जलील करते, इन्हां लोगों ने जो कुछ अज कीता है ते जो ट्विटर दे उत्ते जिन्नी नफरत नाल सिखी नूं ते सिखां नूं टारगेट किया जा रहा ये उन्हां लोकां नूं दुरफिटे मूंह उहनां दे सिर 'च सुआह पैणी चाहीदी आ जिहड़े अजे भी भारत माता की जय कह के ललकारे जे मारदे फिरदे आ। आ जिहड़े मनजिंदर सरसे वर्गे लालपुरे वर्गे
अगले तो देख रहे होने ना लालपुरे को पता नहीं बनाया घट गिणती कमीशन का चेयरमैन वो देख रहे होने बीजेपी वाले सारे जने भी जे तो लालपुरे ने दाल बट्टी रखी तो समझ ला गए कि सारा भारत के सारे सिख जड़े ने वो लालपुरे वर्गे राह तुरंगे तो जे माड़ा मोटा करके दिखा भी चाहे तो आप बैठे हैं सो वो जेडे भी देंगे है ना लालपुरे वर्गिया वो चेक कर ली देंगे भी सिखा दे इस बिरती का कि असर पर कदे भी सच का पंथ का जोड़ा बीज आतम हों कौम के अंदर अज भी शहीद बाबा जरनैल सिंह जी खालसा भिंडर वाले की जड़ी लाई हुई चिणगा वह बुलंदा आने वाले समय के इसे दहशतगर्दी ने जी हकूमत की दहशतगर्दी है सरकारी अतवाद ये प्रतिकरण के खालिस्तान का झंडा बुलंद हो अज बार बार असी वो लोगों के ट्वीट पढ़े जेड़े हमेशा भारतीय हकूमत की बोली बोलते फेसबुक के उत्ते बहुत सारे लोग कई श्रोमणी कमेटी के मैंबर कई होर उन्होंने कहा कि शर्म सी आती है इस वतन को वतन कहते हुए लोगों नू नवंबर 84 ते जून 84 दोबारा चेते आ गया पंजाब की धरती उत्ते अंदर बढ़ के हरियाणे तो गुंडे बदमाश जिहड़े ने ओह आउंदे आ ते इह वारदात करके जांदे आ इह बिलकुल उवें आ जिवें सिद्धू मूसे वाले दे केस विच आउटसाइडर ने पंजाब दा पुत मारिया ते अज जिस तरीके नाल शंभू बार्डर ते खनारी खनौरी बार्डर के उत्ते जाबता रखिया नौजवानों ने किसान लीडरशिप नू उस गल तो अकल लेनी चाहिए आ जेड़े कहते सी भी ये बेजाबता फौज आ ये ऐ आ ओ आ अज उत्ते चाहे डल्लेवाला ते चाहे पंधेर उन्हां दा हुकम उड़ीक दे इन्ना नुकसान करा के बह गए नौजवान अगलिया ने भाजी चाढ़ती पग नू हथ पिया ये अंदर बढ़ के साडे नौजवान साडे भरा उन्हां नू और ये जेड़े उत्ते बेहथियारे बिलकुल पीसफुल नौजवान जेड़े उन्हां नू गोलियां मारदे आ ना जेड़े इन्ने आपदे आप नू घैंट समझदे आ इन्हां नू कदे चीन जां पाकिस्तान दे बार्डर ते भेजो तां लगे पता इन्हां नू ये लोग जे एडे ही दलेर ने एडे ही सूरमे ने इत्थे बिलकुल बेहथियारे बंदे ते जदों दिल्ली वाले जदों हरियाणे वाले आर्डर देंदे आ ते साडा पंजाब दा मुख्यमंत्री डीजीपी कहिंदा उत्थे आ ना लैके जाओ ओ ना लैके जाओ जदों जंगा लगदियां ने अगले तां जंग वांगू लै रहे आ ना बंदे मार रहे ने जंगा दे मौके कदे कोई उत्थे इस तरीके नाल शर्तां रखदा हुंदा भी तुसीं इत्थे ना मारियो ऐ नहीं करना ओ नहीं करना जंग दे विच की वरतना की नहीं वरतना ये जंग जितण लई जो किया जाए वह ठीक हकीकत फिर उही है भी अपने बंदे समझ ही नहीं रहे इन जंग वो समझ रहे ते इधर इन्हां नू कहिंदे आ बेहथियारे हो हुण गाहां तां लई खड़े आ अगले हथियार ते साडे बंदे कहिंदे आ झंडे चक्के झंडे तो डरदा कोई जिन्ना टाइम शांतमई का राग अलापते रहेंगे ऐं जुत्तियां पहनगी ऐं साडे पुत्तां दीआं लाशां जिहड़ियां ने जदों भाई हरजिंदर सिंह जिंदा जनरल लाभ सिंह भाई दलजीत सिंह बिट्टू भाई रणजीत सिंह कुकी भाई सुखविंदर सिंह सुखी वो जिहड़ा दिल्ली वाला ग्रुप सी ना भाई मथुरा सिंह होनी बड़े साडे सूरमे सिंह जदों दिल्ली च गए सी ना गिणती दे सी सारी दिल्ली नू बिपता पई हुंदी सी सारी दिल्ली जिन्नियां सिक्योरिटी एजेंसियां कहिंदे कहुंदे अफसर रात नू बड़ा बड़ा उठदे हुंदे सी उन्हां दिनां दे विच जिहड़े लोग सरकारी नौकरियां ते सी उन्हां नू अज भी पुछ के देखो खास तौर दे उत्ते बेद मरवाह ने पूरी किताब लिखी आ अन सिविल वार उन्हें लिखिया भी उन्हां दिनां दे विच भाई हरजिंदर सिंह जिंदे दा ते होर जिहड़ा रू नौजवानां की टॉर्स
ਸੋ ਜਦੋਂ ਕੋਈ ਹੱਥ 'ਚ ਵੈਪਨ ਲੈ ਕੇ ਹਥਿਆਰ ਲੈ ਕੇ ਇਕੱਲਾ ਵੀ ਨਿਕਲਦਾ ਉਹ ਪੂਰੀ ਦਿੱਲੀ ਨੂੰ ਪੂਰੇ ਇੰਡੀਆ ਨੂੰ ਵਿਪਤਾ ਪਾਉਣ ਜੋਗਾ, ਤੇ ਇੱਥੇ ਚਾਹੇ ਲੱਖ ਬੰਦਾ ਲੈ ਕੇ ਆ ਜਾਊ ਆ ਜਿਹੜੇ ਝੰਡੇ ਵਾਲੇ ਕੰਮ, ਤੇ ਉੱਥੇ ਅਗਲੇ ਖੜਾ ਲੈਂਦੇ ਨੇ ਨਾਲ ਆਪਦੇ ਭਗਵੇਂ ਬ੍ਰਿਗੇਡਾਂ ਨੂੰ ਲਾ ਲੈਂਦੇ ਨੇ, ਗਾਲਾਂ ਜਿਹੀਆਂ ਕੱਢ ਕੇ ਉਕਸਾ ਲੈਂਦੇ ਨੇ ਤੇ ਸ਼ਰੇਆਮ ਕਤਲ ਕਰਦੇ ਆ ਤੇ ਕੁਛ ਨਹੀਂ ਹੋ ਸਕਦਾ। ਜਦੋਂ ਕੋਈ ਬੰਦਾ ਹਥਿਆਰ ਵਾਲੇ ਪਾਸੇ ਆਉਂਦਾ ਐਵੇਂ ਨਹੀਂ ਆਉਂਦਾ। ਇੱਥੇ ਕਈ ਪਿਛਲੇ ਦਿਨਾਂ 'ਚ ਮਤਾਂ ਦੇਣ ਬੈਠੇ ਨੇ। ਮੈਂ ਫੇਰ ਇਹ ਕਹਿਣਾ ਕਿ ਖਾੜਕੂ ਸੰਘਰਸ਼ ਸਾਡੇ ਇਤਿਹਾਸ ਦਾ ਸਭ ਤੋਂ ਸ਼ਾਨਦਾਰ ਦੌਰ ਸੀ। ਇਹ ਨਹੀਂ ਕਿ ਪੀਸਫੁਲ ਢੰਗ ਤਰੀਕਿਆਂ ਨੂੰ ਅਸੀਂ ਰੱਦ ਕਰਦੇ ਹਾਂ ਜਾਂ ਹੋਰ ਕੋਈ ਤਰੀਕਾ ਅਸੀਂ ਨਲਾਇਕੀ ਸਮਝਦੇ ਹਾਂ, ਪਰ ਜਿਹੜਾ ਦੁਸ਼ਮਣ ਹੈ ਇਸ ਦੁਸ਼ਮਣ ਨੂੰ ਟੈਕਲ ਕਰਨ ਲਈ, ਇਹਦੇ ਨਾਲ ਨਜਿੱਠਣ ਲਈ, ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਲਓ। ਹੇਰਾ ਫੇਰੀ ਠੱਗੀ ਠੋਰੀ ਝੂਠ ਤੂਫਾਨ ਵਿੱਚ ਇਹ ਇੱਕ ਨੰਬਰ ਆ, ਕਮੀਨੇ ਨੇ ਮਕਾਰ ਨੇ ਇਹਨਾਂ ਦੇ ਸਾਰੇ ਇਤਿਹਾਸ ਵਿੱਚ ਜਿਹੜੇ ਨਾਇਕ ਨੇ ਜਿਹਦੇ ਬਾਰੇ ਮਰਜ਼ੀ ਪੜ੍ਹ ਲਓ, ਹਰੇਕ ਹੀ ਤੁਹਾਨੂੰ ਕਮੀਨਿਆਂ ਦਾ ਬਾਪ ਮਿਲੂਗਾ। ਇਹ ਜਿਹੜੇ ਲੋਕ ਇਹੋ ਜਿਹੇ ਭੈੜੇ ਭੱਦੇ ਮਾੜੇ ਲੋਕਾਂ ਨੂੰ ਹੀਰੋ ਮੰਨਦੇ ਆ, ਉਹਨਾਂ ਨੂੰ ਆਪਾਂ ਕਿਹੜੇ ਸਫਾਈ ਸ਼ਾਂਤੀ ਮੋਹ ਪਿਆਰ ਨਾਲ ਗੱਲ ਸਮਝਾ ਲਾਂਗੇ। ਉਹਨਾਂ ਨੂੰ ਸਭ ਪਤਾ। ਆ ਕੱਲ ਪਰਸੋਂ ਇੱਕ ਬਹੁਤ ਵੱਡੇ ਇੰਟਲੈਕਚੁਅਲ ਦਾ ਬਿਆਨ ਸੀਗਾ ਵੀ ਜਿਹੜੀਆਂ ਗੱਲਾਂ ਸੁਣ ਕੇ ਅੱਜ ਕਿਸਾਨ ਸੰਘਰਸ਼ ਨੂੰ ਨਿੰਦਿਆ ਭੰਡਿਆ ਜਾ ਰਿਹਾ, ਇਹੀ ਗੱਲਾਂ ਪੰਜਾਬ ਦੇ ਭਾਰਤ ਸਰਕਾਰ ਦੇ ਨੁਮਾਇੰਦੇ ਜਦੋਂ ਇੰਟਰਨੈਸ਼ਨਲ ਲੈਵਲ ਤੇ ਫੋਰਮਾਂ 'ਚ ਬਹਿੰਦੇ ਆ ਉੱਥੇ ਕਹਿੰਦੇ ਆ ਕਿ ਜੇਕਰ ਅਸੀਂ ਤੁਹਾਡੀਆਂ ਗੱਲਾਂ ਮੰਨੀਆਂ ਤਾਂ ਸਾਡੇ ਭਾਰਤ ਦੇ ਵਿੱਚ ਕਿਸਾਨੀ ਬਰਬਾਦ ਹੋਜੂ। ਤੇ ਜਦੋਂ ਆਪਾਂ ਇਸ ਗੱਲ ਵੱਲ ਧਿਆਨ ਮਾਰਦੇ ਹਾਂ ਕਿ ਇੱਕ ਕਾਰੋਬਾਰੀ ਆ ਇੰਡਸਟਰੀਅਲਿਸਟ ਆ ਉਹ ਬਹੁਤ ਜ਼ਿਆਦਾ ਵੱਡੀ ਗਿਣਤੀ 'ਚ ਕੱਚਾ ਮਾਲ ਆਪਦੀ ਫੈਕਟਰੀ ਦੇ ਵਿੱਚ ਮਸ਼ੀਨ ਦੇ ਵਿੱਚ ਪਾਉਂਦਾ, ਇੱਕ ਨਿੱਕੀ ਜਿਹੀ ਚੀਜ਼ ਤਿਆਰ ਕਰਦਾ ਤੇ ਉਹਦੇ ਉਹ ਕਰੋੜਾਂ ਰੁਪਈਏ ਕਮਾ ਲੈਂਦਾ। ਦੂਜੇ ਪਾਸੇ ਕਿਸਾਨ ਜਿਹੜਾ ਹੈ ਉਹ ਇੱਕ ਬੀਜ ਸੁੱਟਦਾ, ਇੱਕ ਬੀਜ ਦੇ 100 ਦਾਣੇ ਬਣਾਉਂਦਾ ਤੇ ਉਹਨੂੰ ਕਮਾਈ ਤਾਂ ਜ਼ਿਆਦਾ ਹੋਣੀ ਚਾਹੀਦੀ ਹੈ ਪਰ ਉਹਨੂੰ ਉਲਟਾ ਨੁਕਸਾਨ ਹੋ ਰਿਹਾ। ਉਹ ਜਿਹੜਾ ਇਸ ਧਰਤੀ ਦੇ ਉੱਤੇ ਸਿੱਧਾ ਖੇਤ ਵਿੱਚ ਉਪਜ ਪੈਦਾ ਕਰਦਾ ਉਹਨੂੰ ਘੇਰਨ ਦਾ, ਉਹਨੂੰ ਮਾਰਨ ਦਾ, ਉਹਨੂੰ ਖਤਮ ਕਰਨ ਦਾ, ਉਹਦੀ ਜ਼ਮੀਨ ਖੋਹ ਕੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਦੇਣ ਦਾ ਜੋ ਚੱਲ ਰਿਹਾ ਵਰਤਾਰਾ ਹੈ, ਉਹਦਾ ਜਦੋਂ ਉਹ ਵਿਰੋਧ ਕਰਦੇ ਆ ਤਾਂ ਉਹਨਾਂ ਨੂੰ ਡਾਂਗਾਂ ਗੋਲੀਆਂ ਕਤਲੇਆਂ। ਤੇ ਜੇਕਰ ਕੋਈ ਪੰਥ ਅਤੇ ਪੰਜਾਬ ਦੇ ਮਸਲਿਆਂ ਬਾਰੇ ਆਵਾਜ਼ ਬੁਲੰਦ ਕਰਦਾ ਉਹਨੂੰ ਫੜ ਕੇ ਡਿਬਰੂਗੜ ਚੱਕੇ ਮਾਰਦੇ ਆ। ਇਹ ਜਿਹੜਾ ਮਾਹੌਲ ਇਸ ਮੁਲਕ ਵਿੱਚ ਬਣਿਆ ਹੋਇਆ ਜਿਸ ਤਰੀਕੇ ਨਾਲ ਹਰ ਸਿੱਖ ਨੂੰ ਮਿੰਟ 'ਚ ਵੀ ਕਹਿੰਦੇ ਆ ਇਹ ਤਾਂ ਪਾਕਿਸਤਾਨੀ ਆ, ਇਹ ਤਾਂ ਖਾਲਿਸਤਾਨੀ ਆ, ਜੇ ਕੋਈ ਮੁਸਲਮਾਨ ਆ ਇਹ ਪਾਕਿਸਤਾਨੀ ਆ, ਇਹ ਖਾਲਿਸਤਾਨੀ ਆ, ਜੇਕਰ ਕੋਈ ਕਾਮਰੇਡੀ ਖਿਆਲਾਂ ਦਾ ਉਹਨੂੰ ਕਹਿੰਦੇ ਅਰਬਨ ਨਕਸਲ, ਮਾਓਵਾਦੀ ਆ, ਨਕਸਲਾਈਟ ਆ। ਸੋ ਮੁਲਕ ਦੇ ਵਿੱਚ ਬੀਜੇਪੀ ਨੇ ਭਗਵੇਂ ਬ੍ਰਿਗੇਡ ਨੇ ਜੋ ਮਾਹੌਲ ਸਿਰਜ ਦਿੱਤਾ ਹੈ ਉਹਦੇ ਵਿੱਚ ਇੱਥੇ ਸਾਰੇ ਫਿਰਕਿਆਂ ਦਾ ਘੱਟ ਗਿਣਤੀਆਂ ਦਾ ਘਾਣ ਹੋਣਾ ਤੇ ਉਹ ਸਾਰੇ ਦੇ ਸਾਰੇ ਭਾਰਤ ਵਿੱਚ ਦੱਬੇ ਕੁਚਲੇ ਹਕੂਮਤ ਦੇ ਸਤਾਏ ਹੋਏ ਲੋਕਾਂ ਨੂੰ ਜੇ ਕਿਤੋਂ ਓਟ ਆਸਰਾ ਹੈ ਤਾਂ ਉਹ ਸਿਰਫ ਹੈ ਪੰਜਾਬ ਤੋਂ, ਉਹ ਸਿਰਫ ਹੈ ਪੰਥ ਤੋਂ। ਤੇ ਅਗਲਿਆਂ ਨੂੰ ਇਸ ਗੱਲ ਦਾ ਪਤਾ ਵੀ ਬਾਕੀ ਸਾਰਾ ਭਾਰਤ ਜਿਹੜਾ ਹੈ ਉਹਨੂੰ ਆਮ ਲੋਕਾਂ ਨੂੰ ਪਛੜਾ ਕੇ ਪੰਜਾਬ ਦੇ ਖਿਲਾਫ ਖੜਾ ਕਰਕੇ ਜੇ ਪੰਜਾਬ ਦਾ ਘਾਣ ਕਰ ਲਈਏ ਤਾਂ ਅਸੀਂ ਆਪਦੇ ਹਿੰਦੂ ਰਾਸ਼ਟਰ ਬਣਾਉਣ ਦੇ ਏਜੰਡੇ ਵਿੱਚ ਕਾਮਯਾਬ ਹੋ ਸਕਦੇ ਹਾਂ। ਜੇ ਪੰਜਾਬ ਡਟਿਆ ਖੜਿਆ ਰਿਹਾ ਚਾਹੇ ਇੱਥੋਂ ਦੇ ਲੋਕ ਜਿਹੜੇ ਨੇ ਉਹ ਕਿਸੇ ਵੀ ਰੂਪ ਦੇ ਵਿੱਚ ਸੰਘਰਸ਼ ਕਰਨ ਸਾਨੂੰ ਤੰਗ ਕਰਨਗੇ। ਸੋ ਪੰਜਾਬ ਦੇ ਵਿੱਚ ਜੋ ਸਰਗਰਮੀ ਆ, ਚਾਹੇ ਪੰਜਾਬ ਦੇ ਲੋਕ ਅਖੰਡ ਪਾਠ ਰੱਖ ਕੇ ਭੋਗ ਪਾਉਣ, ਚਾਹੇ ਲੰਗਰ ਲਾਉਣ, ਚਾਹੇ ਉਹ ਕੋਈ ਹੋਰ ਭਲੇ ਦਾ ਕਾਰਜ ਕਰਨ, ਕਹੀ ਚੱਲੋ ਆਪਾਂ
ਸਰਬੱਤ ਦਾ ਭਲਾ ਮੰਗਦੇ ਹਾਂ ਉਹਨਾਂ ਲਈ ਅਸੀਂ ਹਿੰਦੂ ਰਾਸ਼ਟਰ ਦੇ ਰਾਹ ਦੇ ਵਿੱਚ ਸਭ ਤੋਂ ਵੱਡਾ ਰੋੜਾ ਹੈ ਤੇ ਇਸ ਰੋੜੇ ਨੂੰ ਖਤਮ ਕਰਨ ਲਈ ਇਹਨੂੰ ਮਿੱਟੀ ਚ ਮਿਲਾ ਦੇਣ ਦੇ ਲਈ ਜੋ ਕੁਝ ਕੀਤਾ ਜਾ ਰਿਹਾ ਉਹਦਾ ਜਵਾਬ ਲੱਭਣ ਦੀ ਲੋੜ ਇਹ ਕਿਸਾਨ ਸੰਘਰਸ਼ ਕਹਿਣ ਨੂੰ ਕਿਸਾਨ ਸੰਘਰਸ਼ ਹੈ ਪਰ ਦਿੱਲੀ ਵਾਲਿਆਂ ਨੂੰ ਇਹ ਸਿੱਖਾਂ ਦਾ ਸੰਘਰਸ਼ ਲੱਗਦਾ ਬਿਲਕੁਲ ਸਪਸ਼ਟ ਆ ਗੱਲ ਕਿ ਕਿਸਾਨ ਸੰਘਰਸ਼ ਦੇ ਏਜੰਡੇ ਵਿੱਚ ਖਾਲਿਸਤਾਨ ਨਹੀਂ ਹੈ ਬਿਲਕੁਲ ਸਪਸ਼ਟ ਹੈ ਗੱਲ ਕਿ ਕਿਸਾਨ ਯੂਨੀਅਨ ਚਾਹੇ ਪੰਧੇਰ ਵਾਲੀ ਆ ਚਾਹੇ ਡੱਲੇਵਾਲ ਵਾਲੀ ਆ ਉਹ ਕੋਈ ਸੰਤ ਭਿੰਡਰਾਂ ਵਾਲਿਆਂ ਦੇ ਆਦਰਸ਼ਾਂ ਜਾਂ ਖਾੜਕੂ ਲਹਿਰ ਦੇ ਨਿਸ਼ਾਨਿਆਂ ਨਾਲ ਸਹਿਮਤ ਨਹੀਂ ਹੈ ਪਰ ਦਿੱਲੀ ਵਾਲਿਆਂ ਨੂੰ ਇਹ ਸੁਖਦੇਵ ਸਿੰਘ ਬੱਬਰ ਹੀ ਦਿਖਦਾ ਦਿੱਲੀ ਵਾਲਿਆਂ ਨੂੰ ਇਹ ਚੋ ਸੰਤ ਭਿੰਡਰਾਂ ਵਾਲਾ ਹੀ ਦਿਖਦਾ ਤੋ ਜਿਹੜਾ ਦੁਸ਼ਮਣ ਉਹਦੀ ਥਾਂ ਤੇ ਖੜ ਕੇ ਜਦੋਂ ਫੈਸਲੇ ਕਰਾਂਗੇ ਫਿਰ ਕੋਈ ਗੱਲ ਬਣੂਗੀ ਸਾਡੇ ਤਾਂ ਇੱਥੇ ਬੰਦੇ ਉਹਨਾਂ ਜ਼ਾਲਮ ਬੁੱਚੜ ਤੇ ਕਹਿਰਵਾਨ ਹੋਏ ਬੇਰਹਿਮ ਬੇਕਿਰਕ ਹਥਿਆਰਿਆਂ ਨੂੰ ਲੰਗਰ ਛਕਾਉਂਦੇ ਫਿਰਦੇ ਆ ਉਹ ਫਿਰੇ ਨੱਤ ਕਢਾਉਣ ਨੂੰ ਤੇ ਉਹ ਫਿਰੇ ਨੱਕ ਕਢਾਉਣ ਨੂੰ ਉਹ ਫਿਰੇ ਨੱਕ ਵਢਾਉਣ ਨੂੰ ਬਈ ਗੱਲ ਇਹ ਆ ਵੀ ਜੇਕਰ ਕੋਈ ਲੰਗਰ ਛਕਣ ਆਵੇ ਚਲੋ ਲੰਗਰ ਛਕਾਇਆ ਬਣਿਆ ਪਰ ਜਿਹੜਾ ਬੰਦਾ ਉੱਥੇ ਗੰਨ ਹੱਥ ਚ ਫੜ ਕੇ ਨਿਸ਼ਾਨਾ ਬਿੰਨੀ ਬੈਠਾ ਤੁਸੀਂ ਉਹਦੇ ਵੱਲ ਲੰਗਰ ਲੈ ਕੇ ਜਾਓਗੇ ਤਾਂ ਤੁਹਾਨੂੰ ਦੁਨੀਆ ਮੂਰਖ ਹੀ ਕਹੂਗੀ ਜਿਹੜਾ ਤੁਹਾਡੇ ਸ਼ਰਿਆਂ ਨੂੰ ਗੋਲੀ ਚਲਾਉਣ ਨੂੰ ਬੈਠਾ ਵੀ ਚਾਹੇ ਸਾਰੀ ਦੁਨੀਆ ਦੇ ਚੈਨਲ ਦੇਖ ਰਹੇ ਹੋਣ ਪਰ ਮਜ਼ਾ ਤਾਂ ਤੂੰ ਮੇਰੇ ਵੱਲ ਆਇਆ ਤੈਨੂੰ ਤਾਂ ਮੈਂ ਚਾਹੁੰਦਾ ਵੀ ਤੂੰ ਲੰਗਰ ਛਕਾਉਣ ਦੇ ਬਹਾਨੇ ਮੇਰੇ ਵਾਲੇ ਪਾਸੇ ਨੂੰ ਆ ਜਾਂਦੇ ਕਈ ਉੱਥੇ ਪਿੱਟਦੇ ਦੇਖਿਆ ਸੀ ਮੈਂ ਤਾਂ ਜੀ ਲੰਗਰ ਛਕਾਉਣ ਗਿਆ ਸੀ ਉਹ ਆਪਾਂ ਐਡੇ ਵੀ ਦਾਨੀ ਪੁਰਸ਼ ਨਾ ਬਣਦੇ ਫਿਰੀਏ ਅਸੀਂ ਐਵੇਂ ਲਾਂਗਰੀ ਜੇ ਬਣੇ ਫਿਰਦੇ ਹਾਂ ਅਗਲੇ ਸਾਡੇ ਠਾ ਠਾ ਗੋਲੀਆਂ ਠੋਕੀ ਜਾਂਦੇ ਆ ਤੋ ਜਿਹੜੇ ਸਾਡੇ ਕੋਲੋਂ ਖਾ ਕੇ ਹਰਾਮਪੁਣਾ ਕਰਦੇ ਆ ਅਕਿਰਤ ਘਣਤਾ ਦਿਖਾਉਂਦੇ ਆ ਜਿਨ੍ਹਾਂ ਨੇ ਗੁਰੂ ਸਾਹਿਬਾਨ ਦੇ ਜਿਹੜੇ ਉਹਨਾਂ ਦੇ ਅਹਿਸਾਨ ਨੇ ਉਹਨਾਂ ਨੂੰ ਸ਼ਰੇਆਮ ਕਹਿੰਦੇ ਆ ਵੀ ਕੋਈ ਇਹੋ ਜਿਹੀ ਗੱਲ ਨਹੀਂ ਹੋਈ ਜੀ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਦਾ ਸਾਨੂੰ ਨਹੀਂ ਪਤਾ ਸਾਨੂੰ ਨਹੀਂ ਜੀ ਪਤਾ ਕਿ ਗਜ਼ਨੀ ਦਾ ਬਾਜ਼ਾਰ ਕੀ ਕਹਾਣੀ ਆ ਸਾਨੂੰ ਤਾਂ ਇੰਨਾ ਪਤਾ ਵੀ ਅਸੀਂ ਮਹਾਨ ਹਿੰਦੂ ਕੌਮ ਆ ਸਾਡੀ ਬੜੀ ਮਹਾਨ ਸੱਭਿਆਚਾਰਕ ਪਛਾਣ ਆ ਅਸੀਂ ਕਦੇ ਵੀ ਕੋਈ ਬਰਦਾਸ਼ਤ ਨਹੀਂ ਕਰਾਂਗੇ ਸੋ ਜਿਨ੍ਹਾਂ ਨੂੰ ਨਵਾਂ ਨਵਾਂ ਝੱਲ ਕੁੱਦਿਆ ਹੋਇਆ ਜਿਨ੍ਹਾਂ ਨੂੰ ਸੱਤਾ ਦਾ ਹੰਕਾਰ ਆ ਉਹਨਾਂ ਦੀ ਹੈਂਕੜ ਭਰੀ ਵਿਰਤੀ ਦੇ ਸਾਹਮਣੇ ਆਪਣੀਆਂ ਚੰਗਿਆਈਆਂ ਸੱਚਾਈਆਂ ਕੋਈ ਅਰਥ ਰੱਖਦੀਆਂ ਨੇ ਐਵੇਂ ਆਪਦੇ ਆਪ ਨੂੰ ਧਰਵਾਸ ਦੇਣ ਲਈ ਆਪਾਂ ਕਹਿੰਦੇ ਹਾਂ ਜੀ ਯਾਰ ਸਾਨੂੰ ਗੱਲਬਾਤ ਦਾ ਸੱਦਾ ਆ ਗਿਆ ਭਾਈ ਆਖਰੀ ਫੈਸਲਾ ਜਦੋਂ ਕਰਨਾ ਹੀ ਮੋਦੀ ਤੇ ਅਮਿਤ ਸ਼ਾਹ ਨੇ ਆ ਤਾਂ ਇੰਨਾ ਕੀ ਅੜ ਕੇ ਦਿਖਾ ਦਿਆ ਕਰੋ ਵੀ ਆਹ ਜਿਹੜੇ ਤੁਸੀਂ ਵੀ ਲਾਂਗੜ ਭੂੰਗੜ ਜਾ ਭੇਜਦੇ ਹੋ ਗੱਲਬਾਤ ਕਰਨ ਲਈ ਜਦੋਂ ਇਹਨਾਂ ਦੇ ਹੱਥ ਵੱਸ ਹੀ ਕੁਛ ਨਹੀਂ ਫਿਰ ਇਹਨਾਂ ਨੂੰ ਇਹਨਾਂ ਨਾਲ ਗੱਲ ਅਸੀਂ ਕਰਨੀ ਕਾਹਤੋਂ ਕਿਸਾਨ ਸੰਘਰਸ਼ ਦੇ ਵਿੱਚ ਜਦੋਂ ਪਿਛਲੀ ਵਾਰ ਦਿੱਲੀ ਲੱਗਿਆ ਉਦੋਂ ਵੀ ਇਹੀ ਗੜਬੜ ਹੁੰਦੀ ਰਹੀ ਹੈ ਹੁਣ ਫਿਰ ਉਹੀ ਗੜਬੜ ਹੋ ਰਹੀ ਹੈ ਇੰਨੀ ਗੱਲ ਹੀ ਕਰ ਲਿਆ ਕਰੋ ਵੀ ਸਾਡੇ ਨਾਲ ਮੋਦੀ ਤੇ ਅਮਿਤ ਸ਼ਾਹ ਜੇ ਗੱਲ ਕਰਨਗੇ ਤਾਂ ਅਸੀਂ ਗੱਲਬਾਤ ਲਈ ਬੈਠਾਂਗੇ ਨਹੀਂ ਫਿਰ ਸੰਘਰਸ਼ ਹੀ ਜਿਹੜਾ ਹੈਗਾ ਉੱਧਰ ਹੀ ਉਹੀ ਕੰਮ ਠੀਕ ਆ ਖੈਰ ਅੱਜ ਦਾ ਦਿਨ ਰੋਹ ਦਾ ਦਿਨ ਅੱਜ ਦਾ ਦਿਨ ਬਹੁਤ ਜ਼ਿਆਦਾ ਸਾਡੇ ਖਿਲਾਫ ਔਰ ਇਹ ਵੀ ਗੱਲ ਪੰਜਾਬ ਸਰਕਾਰ ਨੂੰ ਆਪਦੇ ਜਿਹਨ ਵਿੱਚ ਵਸਾ ਲੈਣੀ ਚਾਹੀਦੀ ਆ ਵੀ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਦੇ ਸਾਥੀਆਂ ਵਿੱਚੋਂ ਕਿਸੇ ਦਾ ਕੋਈ ਨੁਕਸਾਨ ਹੋ ਗਿਆ ਨਾ ਇਹ ਸੌਦਾ ਬਹੁਤ ਮਹਿੰਗਾ ਪਊ ਇਹ ਪੰਥ ਦਾ ਮਿਹਣਾ ਇਹ ਕਲੰਕ ਭਗਵੰਤ ਮਾਨ ਤੇ ਉਹਦੇ ਨੌਂਗ ਲਾਣੇ ਨੂੰ ਲੈ ਕੇ ਬਹਿਜੂਗਾ ਬਹੁਤ ਰੋਹ ਭਰਿਆ ਜਾ ਰਿਹਾ ਔਰ ਲੋਕ ਲਾਚਾਰ ਤੇ ਬੇਬਸ ਨੇ ਜਦੋਂ ਐਡੀ ਕਹਿਰ ਭਰੀ ਇੰਨੀ ਖਤਰਨਾਕ ਸਥਿਤੀ ਹੋਵੇ ਇਹੋ ਜਿਹੇ ਮਾਹੌਲ ਦੇ ਵਿੱਚ ਸਿਆਣਪ ਵਰਤਣ ਦੀ ਲੋੜ ਹੁੰਦੀ ਆ ਪਰ ਅਗਲੇ ਕਹਿੰਦੇ ਆ ਜੋ ਮਰਜ਼ੀ ਹੋ ਜੇ ਪੰਜਾਬ ਦਾ ਸਿੱਖਾਂ ਦਾ ਇਹ ਕੁਛ ਨਹੀਂ ਸੁਣਨਾ ਇਹਨਾਂ ਦੀ ਕੋਈ ਗੱਲ ਨਹੀਂ ਸੁਣਨੀ ਜਿਹੜੇ ਇਹ ਲੋਕ ਨੇ ਪੰਜਾਬ ਦੇ ਇਹਨਾਂ ਦੇ ਬਾਰੇ ਜਿਹੜਾ ਦੁਨੀਆਂ ਚ ਬਣ ਰਿਹਾ ਕਿ ਇਹ ਤਾਂ ਮੋਦੀ ਨੂੰ ਵੀ ਝੁਕਾ ਲੈਂਦੇ ਅਸੀਂ ਇਹ ਭਰਮ ਇਹ ਅਸੀਂ ਵਹਿਮ ਤੋੜਨਾ ਸੋ ਕੁੱਲ ਮਿਲਾ ਕੇ ਅੱਜ ਜਿਸ ਤਰੀਕੇ ਨਾਲ ਹਰਿਆਣੇ ਦੇ ਵੱਲੋਂ ਪੰਜਾਬ ਦੇ ਅੰਦਰ ਵੜ ਕੇ ਸਾਡੇ ਨੌਜਵਾਨਾਂ ਦਾ ਘਾਣ ਕੀਤਾ ਗਿਆ
जिस तरीके दस्तार ते पत्त बचाउण वाले पंजाब दे पंथ दे जिन्हां इत्थे मैं सरदार कपूर सिंह दा रात लेख पढ़ रहा सी कि पंजाब हिंदुस्तान नू सिखां दा तोहफा इहदा सारा कुछ पंजाब दा मध्य एशिया नाल रलदा ते इह मध्य एशिया दा अफगानिस्तान तक दा ईरान इराक तक दा पाकिस्तान तक दा हिस्सा होना सी इह सिखां दी बदौलत है कि हिंदुस्तान नाल। सो इस माहौल दे विच जदों उहनां नू कदर कोई नहीं तां फिर जिहड़े साडे खालिस्तानी संघर्ष दे एजेंडे है उधर नू मुड़िया जावे। होर किन्नी कु कुत्ते खाणी करवाउणी है, होर किन्नी कु थियोडरल हर्जर दी आपां कल गल करदे सी ना भई जदों उहने देखिया भई यहूदी होण दे करके उस बंदे दी झूठा दोष ला के कैप्टन दी फौजी दी बेइज्जती कीती जा रही है। जिवें अज कल इत्थे साडे बंदिआं ते जुत्तियां पै रहीआं हुंदीआं ने उह भारत माता की जय गाउंदे फिरदे। 1984 दे नवंबर महीने कहिंदे कहुंदे अफसरां दे घरां दे उत्ते अटैक होए ते उह अंदरों कहिंदे होणे आ भारत माता की जय भी असीं तां जी तुहाडे मुल्क दी राखी लई बार्डरां ते लड़ के मर गए। ते इधर बाहर खड़े वह कहिंदे सी भी आओ भारत माता की जय करिए। कुल मिला के इस मुल्क की मानसिकता समझो जेडे एवं भोले पंछी बने फिरदे आ जिवें अज आ गल हुई है भई एक IPS सिख अफसर नू उन्होंने निशाने ते लिया है। हजे 2 महीने हुए आ, नवंबर की गल आ, 5 नवंबर नू रौला पिया सी जदों संदीप दायमा नाउ दे एक BJP लीडर ने गुरद्वारे खत्म करन दा गुरद्वारे तबाह करन दा लोक सभा चोणा सी जिहड़ियां माफ करना विधानसभा चोणा सी उत्थे उहने जदों ऐलान कीता आदित्यनाथ वर्गे होर सारे उत्थे बैठे सी हस रहे सी। BJP दी पूरी टीम दे अंदर भागवे ब्रिगेड दे रग रग दे अंदर इह गल बसी हुई कि सिखी अते सिखां नूं एक वारी घेरना नसलकुशी करनी, पर अजे उन्हां दा दा नहीं लग रहा। अजे उन्हां दे निशाने ते होर लोक ने इह जिहड़ा आपां कहिंदे आ ना उहने माफी मंग ली संदीप दैमा ने, देखो BJP वालिआं ने तां उहनूं पार्टी चों कढ़ता। आ जिहड़ा IPS अफसर नूं बोलिआ इहदे खिलाफ वी कार्रवाई कर देणगे। ये कारवाइयां ये शोशेबाजियां ये ड्रामेबाजियां सिर्फ अखां पूंझण लई कीतियां जांदियां ने। साडे भाईचारे नूं हकीकत नूं समझणा चाहीदा कि भारत दी धरती उत्ते पंथ ने सिखां ने सिखी ने बचना किवें सरवाइव किवें करना। आउण वालियां नसलां लई जे अज असीं ना उठे आउण वालियां नसलां लई हालात बहुत खतरनाक होणगे। अज 2 वर्गे आ साडे ते फिर आए दिन 2 नहीं 200 मरिया करनगे ते किसे ने कुछ नहीं पुछना क्योंकि लीडरशिप आ जिहड़ी इस वेले साडी धार्मिक लीडरशिप ते सियासी लीडरशिप उह निकम्मी हो चुकी। आ पाकिस्तान दे इक कमिश्नर दी वीडियो घूम रही आ जिहदे चों कहिंदा है कि मैं तां नमाज पढ़ के अज खुदकुशी करन लग्गिया सी पर फिर मेरे दिमाग च आया अज प्रेस दे सामने बैठा मैं पुलिस दे हवाले आपदे आप नूं करन लग्गिआ। असीं आ जिहड़ियां चोणां होईआं ने इहदे च हारिआं होईआं नूं जिताया ते जितिआं होईआं नूं हराया। इस मुल्क दे इस नगार लई जिथे गलत सारा कुछ वापर रिहा असीं आपदे आप नूं अपराधी मरदे हाँ साडे उत्ते कारवाई होवे। जिहड़ी उहने उह वीडियो च गल्लां कहीआं ਉਹ ਭਾਰਤ ਵਿੱਚ ਵੀ ਵਾਪਰ ਰਿਹਾ ਤੁਹਾਡੇ ਸਾਹਮਣੇ ਆ ਨਾ ਚੰਡੀਗੜ੍ਹ ਦੇ ਵਿੱਚ ਉਹ ਸ਼ਰੇਆਮ ਬੰਦਾ ਜਿਹੜਾ ਵੀਡੀਓ ਬਣ ਰਹੀ ਆ ਪਰ ਉਹਨੂੰ ਕੋਈ ਪਰਵਾਹ ਨਹੀਂ ਤੇ ਅਦਾਲਤ ਵਿੱਚ ਸ਼ੋਸ਼ੇਬਾਜ਼ੀ ਜੀ ਕਰਕੇ ਉਹਨੂੰ ਤੋੜਤਾ। ਕੁਛ ਨਹੀਂ ਹੋਣਾ ਉੱਥੇ ਜੇ ਕੋਈ ਸੋਚਦਾ ਉੱਥੇ ਕੁਛ ਹੋ ਜਾਊਗਾ। ਇਹ ਤੋਂ ਵੱਡੇ ਵੱਡੇ ਮਾਮਲੇ ਦੇਖੇ ਅਸੀਂ ਤੇ ਇਹੀ ਕੁਛ ਜੇ ਆਪਾਂ ਦੇਖਿਆ ਜਾਵੇ ਸਾਡੇ ਧਾਰਮਿਕ ਅਦਾਰਿਆਂ 'ਚ ਹੋ ਰਿਹਾ। ਜੇਕਰ ਸਿਆਸਤ ਵਿੱਚ ਨਿਘਾਰ ਆ ਜਾਵੇ ਤਾਂ ਧਾਰਮਿਕ ਸੰਸਥਾਵਾਂ ਧਾਰਮਿਕ ਸ਼ਖਸੀਅਤਾਂ ਧਰਮ ਤੋਂ ਸੇਧ ਲੈ ਕੇ ਉਸ ਸਿਆਸਤ ਨੂੰ ਸਹੀ ਰਾਹ ਤੇ ਲਿਆ ਸਕਦੀਆਂ ਨੇ। ਪਰ ਜੇਕਰ ਸਿਆਸਤ ਵਿੱਚ ਵੀ ਗੜਬੜ ਹੋ ਜੇ
ਜਿਵੇਂ ਬਾਦਲ ਦਲ ਦੀ ਜਿਹੜੀ ਗੜਬੜ ਆ ਜੇ ਉਹਨੂੰ ਠੀਕ ਕਰਨਾ ਹੋਵੇ ਤਾਂ ਅਕਾਲ ਤਖ਼ਤ ਸਾਹਿਬ ਠੀਕ ਕਰ ਸਕਦਾ, ਪਰ ਜੇ ਅਕਾਲ ਤਖ਼ਤ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਹੀ ਨੁਕਸ ਆ ਗਿਆ ਫਿਰ ਕੀ ਕਰਾਂਗੇ। ਸੋ ਇਸ ਮੌਕੇ ਸਾਡੀ ਧਾਰਮਿਕ ਅਤੇ ਸਿਆਸੀ ਲੀਡਰਸ਼ਿਪ ਬਹੁਤ ਹੀ ਕੁਰਾਹੇ ਪਈ ਹੋਈ ਆ, ਧੁਰੇ ਤੋਂ ਹਿੱਲੀ ਹੋਈ ਆ। ਤੋ ਸਾਡੀ ਕੌਮ ਦੀ ਇਸ ਅਧੋਗਤੀ ਵਾਲੀ ਹਾਲਤ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰਾਂ ਤੇ ਅਰਦਾਸ ਕਰਨ ਦੇ ਨਾਲ ਨਾਲ ਸਾਨੂੰ ਸਾਰਿਆਂ ਨੂੰ ਆਪ ਕੁਛ ਕਰਨਾ ਪਊਗਾ। ਖਾਲਿਸਤਾਨ ਦੇ ਨਾਅਰੇ ਮਾਰਨ ਦੇ ਨਾਲ ਨਾਲ ਖਾਲਿਸਤਾਨ ਬਣਾਉਣ ਲਈ ਆਪ ਕੁਛ ਹੀਲੇ ਵਸੀਲੇ ਕਰਨੇ ਪੈਣਗੇ। ਇੱਥੇ ਸਮਾਪਤੀ ਕਰਦੇ ਹਾਂ, ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।